ਸਤਿ ਸ਼੍ਰੀ ਅਕਾਲ ਜੀ, ਦੇਸ਼ ਪ੍ਰਦੇਸ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਤੁਹਾਡਾ ਆਪਣਾ ਦੋਸਤ ਅਮਨ ਹਾਜ਼ਰ ਹਾਂ ਜੀ। ਲੈ ਕੇ ਪ੍ਰੋਗਰਾਮ ਅੱਜ ਦੇ ਸ਼ੋਅ ਦੇ ਵਿੱਚ ਖਾਸ ਗੱਲ ਕਰਨ ਜਾ ਰਹੇ ਹਾਂ, ਜਿਹੜੇ ਬੱਚੇ ਆਸਟ੍ਰੇਲੀਆ ਜਾ ਕੇ ਪੜ੍ਹਨਾ ਚਾਹੁੰਦੇ ਨੇ ਜਾਂ ਕੈਨੇਡਾ ਜਾ ਕੇ ਪੜ੍ਹਨਾ ਚਾਹੁੰਦੇ ਨੇ। ਕੈਨੇਡਾ 'ਚ ਹਰ ਪ੍ਰੋਫਾਈਲ, ਚਾਹੇ ਉਹ SPP ਹੈ ਜਾਂ non-SPP ਹੈ, ਉਹਦੇ ਬਾਰੇ ਗੱਲਬਾਤ ਕੀਤੀ ਜਾਏਗੀ। ਅਤੇ ਆਸਟ੍ਰੇਲੀਆ ਵੀ ਅਸੀਂ ਗੱਲ ਕਰਾਂਗੇ ਅੱਜ ਖਾਸ ਸਰਵਿਸਿਜ਼ ਨੂੰ ਲੈ ਕੇ, ਜਿਹਦੇ ਵਿੱਚ ਕੋਈ ਅੰਬੈਸੀ ਫੀਸ, ਕੋਈ ਕਾਲਜ ਫੀਸ ਪਹਿਲੇ ਨਹੀਂ ਲਈ ਜਾ ਰਹੀ। ਇਹ ਕੈਨੇਡਾ ਦੇ ਵਿੱਚ ਵੀ ਸੇਮ ਸਰਵਿਸਿਜ਼ ਲਾਗੂ ਨੇ। ਜਿਹੜੀ ਕੰਪਨੀ ਇਹ ਸਰਵਿਸਿਜ਼ ਦੇ ਰਹੀ ਹੈ, ਅੱਜ ਉਸ ਕੰਪਨੀ ਦੇ MD ਨੂੰ ਸੱਦਾ ਦਿੱਤਾ ਗਿਆ ਤਾਂ ਕਿ ਉਹਨਾਂ ਤੋਂ ਇਸ ਜਿਹੜੀ ਸਰਵਿਸਿਜ਼ ਬਾਰੇ ਜਾਣਿਆ ਜਾ ਸਕੇ ਵੀ ਕੀ ਖਾਸ ਰੀਜ਼ਨ ਹੈ, ਕਿੰਨਾ ਸਟੂਡੈਂਟਸ ਲਈ ਹੈ ਅਤੇ ਕੀ ਬੈਨੀਫਿਟ ਰਹਿਣਗੇ। ਸੋ ਇਹ ਸਾਰੀ ਗੱਲਬਾਤ ਕਰਨ ਦੇ ਲਈ ਸੱਦਾ ਦਿੱਤਾ ਗਿਆ ਜੀ ਵਿਸ਼ਵਾਸ਼ ਇੰਟਰਨੈਸ਼ਨਲ ਤੋਂ ਮੁਕੇਸ਼ ਜੀ ਨੂੰ। ਮੁਕੇਸ਼ ਭਾਅ ਜੀ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਮੁਕੇਸ਼ ਜੀ, ਪਹਿਲੇ ਤਾਂ ਸਰਵਿਸਿਜ਼ 'ਤੇ ਆ ਜਾਈਏ ਜੀ। ਨੋ ਫੀਸ, ਨੋ ਅੰਬੈਸੀ ਫੀਸ, ਨੋ ਕਾਲਜ ਫੀਸ, ਸਾਰੀ ਆਫਟਰ ਵੀਜ਼ਾ, ਉਹ ਚਾਹੇ ਆਸਟ੍ਰੇਲੀਆ ਚਾਹੇ ਕੈਨੇਡਾ ਜੀ। ਹੋਈ ਸੀ ਸਰਵਿਸ ਸ਼ੁਰੂ, ਕਿਸੇ ਨੇ ਇੱਕ ਕੰਟਰੀ ਦੀ ਕੀਤੀ, ਕਿਸੇ ਨੇ ਦੋ ਦੀ ਕੀਤੀ, ਤੁਸੀਂ ਦੋਨਾਂ ਨੇ ਕਰਤੀ ਹੈ ਜੀ, ਕੀ ਉਹ ਖਾਸ ਵਜ੍ਹਾ ਜੀ? ਖਾਸ ਵਜ੍ਹਾ, ਸਭ ਤੋਂ ਪਹਿਲੇ ਤਾਂ ਵੋਲਿਊਮ ਚਾਹੀਦਾ, ਨੰਬਰ ਆਫ ਐਪਲੀਕੇਸ਼ਨਸ ਚਾਹੀਦੀਆਂ। ਜੇ ਅਗਰ ਐਫਰਟਸ ਨਹੀਂ ਕਰਾਂਗੇ ਤਾਂ ਰਿਜ਼ਲਟ ਕਿੱਦਾਂ ਕੱਢਾਂਗੇ? ਤਾਂ ਦਿਸ ਇਜ਼ ਦਾ ਓਨਲੀ ਰੀਜ਼ਨ ਕਿ ਆਪਾਂ ਨੂੰ ਦੋਨੋਂ ਕੰਟਰੀਜ਼। ਇਹ ਜਿਹੜੇ ਸਰਵਿਸਿਜ਼ ਦੇ ਵੋਲਿਊਮ ਦੇ ਤੁਸੀਂ ਗੱਲ ਕੀਤੀ ਹੈ, ਇਹ ਸਾਰਿਆਂ ਲਈ ਲਾਗੂ ਰਹਿਣਗੇ ਜਾਂ ਇਹਦੇ 'ਚ ਸਟਾਰ ਕੰਡੀਸ਼ਨ ਅਪਲਾਈ ਵੀ? ਸਟਾਰ ਕੰਡੀਸ਼ਨ ਅਪਲਾਈਡ ਸਿਰਫ ਇਹ ਹੈ ਕਿ ਜੋ ਸਟੂਡੈਂਟ ਆਲਰੇਡੀ ਰਿਜੈਕਟਿਡ ਹੈ ਆਸਟ੍ਰੇਲੀਆ ਤੋਂ ਹੈ, ਅਤੇ ਉਹਨੂੰ ਮੈਂ ਆਸਟ੍ਰੇਲੀਆ ਅਪਲਾਈ ਕਰਨ ਤੋਂ ਪਹਿਲੇ ਹੋ ਸਕਦਾ ਟਰਮਸ ਚੇਂਜ ਕਰਨ, ਬਟ ਅਗਰ ਉਹ ਫਰੈਸ਼ਰ ਹੈ, ਪ੍ਰੋਫਾਈਲ ਠੀਕ ਹੈ, ਤਾਂ ਡੈਫੀਨੇਟਲੀ ਵਿਲ ਗੋ ਹੈਡ ਵਿਦ ਦਾ ਸੇਮ ਟਰਮਸ ਐਂਡ ਕੰਡੀਸ਼ਨ। ਮਤਲਬ ਇਹ ਟਰਮਸ ਦੇ ਦੀ ਲਾਗੂ ਹੋਣਗੇ ਵੀ ਜਿਹਨੂੰ ਤੁਹਾਡੀ ਟੀਮ ਜਾਂ ਤੁਸੀਂ ਸਿਲੈਕਟ ਕਰੋਗੇ ਵੀ ਓਕੇ ਅਸੀਂ ਤੁਹਾਡੀ ਫਾਈਲ ਲਾਵਾਂਗੇ। ਹਾਂ, ਔਰ ਇਹਦੇ ਵਿੱਚ ਇੱਕ ਚੰਗੀ ਗੱਲ ਇਹ ਹੈ ਦਰਸ਼ਕਾਂ ਲਈ, ਸਟੂਡੈਂਟਸ ਲਈ, ਪੇਰੈਂਟਸ ਲਈ, ਵਿਵਰਸ ਲਈ, ਕਿ ਆਪਾਂ ਗੈਪ ਵਾਲੇ ਕੇਸਿਸ ਵੀ ਇਹਦੇ ਅੰਦਰ ਐਕਸੈਪਟ ਕਰਾਂਗੇ, ਬਟ ਸਟਿਲ ਵੀ ਹੈਵ ਟੂ ਅਸੈਸ ਪ੍ਰੋਫਾਈਲ ਐਡਵਾਂਸ। ਚਲੋ ਹੁਣ ਇਹਦੇ 'ਤੇ ਥੋੜ੍ਹਾ ਬਰੀਫਲੀ ਗੱਲ ਕਰਦੇ ਹਾਂ। ਆਸਟ੍ਰੇਲੀਆ ਦੀ ਅੱਜ ਜਿਹੜੀ ਪ੍ਰੈਜੈਂਟ ਸਮੇਂ ਦੀ ਮੰਗ ਹੈ, ਉਹਦੇ ਵਿੱਚ ਕਿਹੜੀ ਪ੍ਰੋਫਾਈਲ ਨੂੰ ਪੋਜ਼ਿਟਿਵ ਗਿਣਦੇ ਹੋ? ਦੇਖੋ, ਆਸਟ੍ਰੇਲੀਆ ਦੀ ਪੋਜ਼ਿਟਿਵ ਪ੍ਰੋਫਾਈਲ, ਸਭ ਤੋਂ ਪਹਿਲਾਂ ਤਾਂ ਇਹ ਗੱਲ ਅੱਜ ਹਰ ਕੰਸਲਟੈਂਟ, ਹਰ ਸਟੂਡੈਂਟ, ਹਰ ਪੇਰੈਂਟਸ ਨੂੰ ਪਤਾ ਕਿ ਜਿਹੜਾ ਵੀਜ਼ਾ ਸਕਸੈਸ ਰੇਟ ਹੈ ਉਹ ਯੂਨੀਵਰਸਿਟੀ ਦਾ ਵੱਧ ਹੈ। ਕਾਲਜ ਦਾ ਵੀਜ਼ਾ ਆ ਰਿਹਾ ਬਟ ਸਕਸੈਸ ਰੇਟ ਇਜ਼ ਵੈਰੀ ਲੋ। ਬੜੀ ਸਪਸ਼ਟ ਜਿਹੀ ਗੱਲ ਹੈ ਕਿ ਜਿਹੜਾ ਸਟੂਡੈਂਟ ਯੂਨੀਵਰਸਿਟੀ ਲਈ ਵੀਜ਼ਾ ਅਪਲਾਈ ਕਰੇਗਾ, ਯੂਨੀਵਰਸਿਟੀ ਦਾ ਜਿਹੜਾ ਐਲੀਜੀਬਿਲਟੀ ਕ੍ਰਾਈਟੀਰੀਆ, GT ਕ੍ਰਾਈਟੀਰੀਆ ਨੂੰ ਮੀਟ ਕਰਨ ਵਾਸਤੇ ਬਹੁਤ ਟਫ ਸਕਰੂਟਨੀ ਤੋਂ ਬੱਚੇ ਨੂੰ ਗੁਜ਼ਰਨਾ ਪੈਂਦਾ, ਤਾਂ ਅਫਕੋਰਸ ਉਹ ਜਿਹੜਾ ਪ੍ਰੋਫਾਈਲ ਹੋਏਗਾ ਵਿਦਆਊਟ ਗੈਪ ਹੋਏਗਾ, ਐਟਲੀਸਟ 6 ਬੈਂਡ ਹੋਣਗੇ, ਪਰਸੈਂਟੇਜ ਵਧੀਆ ਹੋਏਗੀ, ਫੰਡਸ ਹੋਣਗੇ, ਉਹ ਸਾਰੇ ਬਟ ਨੈਚੁਰਲ ਹੈ ਕਿ ਉਹੀ ਜਿਹੜੀਆਂ ਚੀਜ਼ਾਂ ਹੈਗੀਆਂ ਯੂਨੀਵਰਸਿਟੀ ਨੇ ਚੈੱਕ ਕਰਨੀਆਂ। ਵੰਸ ਵੀ ਵਿਲ ਗੇਟ ਦਾ ਆਫਰ ਲੈਟਰ ਅਤੇ ਵੀਜ਼ਾ ਦੇ ਚਾਂਸਿਸ ਬਹੁਤ ਜ਼ਿਆਦਾ ਵੱਧ ਹੈ ਐਸੇ ਬੱਚਿਆਂ ਦੇ। ਅੱਜ ਜਿਹੜੇ ਬੱਚੇ ਗੈਪ ਗਿਣ ਰਹੇ ਨੇ ਆਪਣਾ, ਜਿਹੜੇ 2016 ਪਾਸ ਆਊਟ ਨੇ ਜਾਂ 17 ਪਾਸ ਆਊਟ ਨੇ, ਜਿਹਨਾਂ ਨੂੰ ਲੱਗਦਾ ਸ਼ਾਇਦ ਉਹਨਾਂ ਦਾ ਗੈਪ ਆ ਚੁੱਕਾ, ਉਹ ਬੱਚੇ ਕੀ ਐਲੀਜੀਬਲ ਗਿਣਦੇ ਹੋ 2016 ਵਾਲੇ, 17 ਵਾਲੇ? ਦੇਖੋ ਜੇ 16 ਵਾਲੇ ਤਾਂ ਮੈਂ ਕਹਿ ਨਹੀਂ ਸਕਦਾ, ਇੱਕ ਵਾਰੀ ਮੈਨੂੰ ਬੱਚਾ ਆਪਣਾ ਪ੍ਰੋਫਾਈਲ ਦਿਖਾਏ, ਅਗਰ ਉਹਦੀ ਪਰਸੈਂਟੇਜ ਵਧੀਆ, ਆਇਲ ਸਕੋਰ ਵਧੀਆ, ਉਹਨੇ ਐਗਜੈਕਟਲੀ 16 ਤੋਂ ਲੈ ਕੇ 18 ਤੱਕ ਕੀ ਕੀਤਾ, ਅਗਰ ਉਹਦੀ ਕੋਈ ਐਕਸਪਲਾਨੇਸ਼ਨ ਕੁਛ ਉਹ ਬਰੀਫ ਕਰ ਸਕਦਾ, ਤਾਂ ਡੈਫੀਨੇਟਲੀ ਉਹ ਇਸ ਸਟੂਡੈਂਟ ਨੂੰ ਆਪਾਂ ਪ੍ਰੋਸੈਸ ਕਰਾਂਗੇ, ਨਹੀਂ ਤਾਂ ਮੋੜ ਦਾਂਗੇ। ਹਾਂ, 17 ਵਾਲੇ ਬੱਚੇ ਲਈ ਕੋਈ ਖਾਸ ਪ੍ਰੋਬਲਮ ਨਹੀਂ ਹੈ, ਬਟ ਹਾਂ 16 ਵਾਲਾ ਬੱਚਾ, 15 ਵਾਲਾ ਬੱਚਾ, ਈਵਨ 14 ਪਾਸ ਆਊਟ ਬੱਚਾ ਵੀ, ਅਗਰ ਉਹਦੇ 6 ਬੈਂਡ ਹੈ ਔਰ ਉਹਨੇ ਕੈਨੇਡਾ ਫਾਈਲ ਨਹੀਂ ਲਗਾਈ, ਤਾਂ ਆਪਾਂ ਕੈਨੇਡਾ ਦਾ ਜਿਹੜਾ ਵੀਜ਼ਾ ਉਹਦਾ ਸੇਮ ਟਰਮਸ ਅਤੇ ਸੇਮ ਕੰਡੀਸ਼ਨ 'ਤੇ ਅਪਲਾਈ ਕਰਾਂਗੇ ਵਿਦਆਊਟ ਈਵਨ ਸਿੰਗਲ ਪੈਨੀ। ਇੱਕ ਚੀਜ਼, ਇੱਕ ਤਾਂ ਡਿਪਲੋਮਾਸ ਦੇ ਵਿੱਚ ਅੱਜ ਆਸਟ੍ਰੇਲੀਆ ਦੇ ਵਿੱਚ ਬੱਚਿਆਂ ਨੂੰ ਅਪਲਾਈ ਕੀਤਾ ਜਾ ਰਿਹਾ ਹੈ, ਦੂਜਾ ਲੀਡਿੰਗ ਟੂ ਡਿਗਰੀ ਪ੍ਰੋਗਰਾਮਸ ਨੇ, ਵਿਸ਼ਵਾਸ ਇੰਟਰਨੈਸ਼ਨਲ ਦਾ ਐਕਸਪੀਰੀਅੰਸ ਕੀ ਕਹਿੰਦਾ, ਕਿਹਦੇ ਵਿੱਚ ਬੱਚੇ ਨੂੰ ਅਪਲਾਈ ਕਰਦੇ? ਸਰ ਦੇਖੋ, ਅਗਰ ਤੁਸੀਂ ਸਕਸੈਸ ਰੇਸ਼ੋ ਦੀ ਗੱਲ ਕਰੋ ਤਾਂ ਡੈਫੀਨੇਟਲੀ ਡਿਪਲੋਮਾ ਦੇ ਬਜਾਏ ਡਾਇਰੈਕਟ ਡਿਗਰੀ ਜਾਂ ਡਿਪਲੋਮਾ ਲੀਡਿੰਗ ਟੂ ਡਿਗਰੀ D2D ਦੇ ਅੰਦਰ ਸਕਸੈਸ ਰੇਟ ਕਿਤੇ ਜ਼ਿਆਦਾ। ਬਟ ਅਗੇਨ ਇਹ ਡਿਪੈਂਡ ਕਰਦਾ ਸਟੂਡੈਂਟ ਦਾ ਬੈਕਗਰਾਊਂਡ ਕੀ ਹੈ, ਸਟੂਡੈਂਟ ਦਾ ਪ੍ਰੋਫਾਈਲ ਕੀ ਹੈ, ਸਟੂਡੈਂਟ ਦਾ ਅਕੈਡਮਿਕ ਰਿਕਾਰਡ ਕੀ ਹੈ, ਸਟੂਡੈਂਟ ਦਾ ਆਇਲਸ ਸਕੋਰ ਕੀ ਹੈ, ਕਿਉਂਕਿ ਆਪਾਂ ਸਿਰਫ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਬੱਚੇ ਨੂੰ ਡਿਗਰੀ 'ਚ ਪਾਓਗੇ, ਬਟ ਅਗਰ ਉਹ ਬੱਚਾ ਐਲੀਜੀਬਲ ਹੀ ਨਹੀਂ ਹੈ। ਫੋਰ ਐਗਜ਼ਾਮਪਲ, ਕੋਈ ਸਟੂਡੈਂਟ ਉਹਨੇ ਕੋਈ ਟੈਕਨੀਕਲ ਪ੍ਰੋਗਰਾਮ ਕੀਤਾ, ਉਹਨੂੰ ਵੋਕੇਸ਼ਨਲ ਪ੍ਰੋਗਰਾਮ ਦੇ ਅੰਦਰ ਡਿਪਲੋਮਾ ਮਿਲੇਗਾ ਬਟ ਵੀਜ਼ਾ ਆ ਸਕਦਾ, ਔਰ ਉਹਦੇ ਅੰਦਰ ਉਹ 5.5 ਬੈਂਡ ਵਾਲਾ ਬੱਚਾ ਵੀ ਕੰਸੀਡਰ ਕੀਤਾ ਜਾਏਗਾ। ਬਟ ਇੱਕ ਚੀਜ਼ ਮੈਂ ਤੁਹਾਨੂੰ ਦੱਸ ਰਿਹਾ ਕਿ ਨੋ ਡਾਊਟ ਵੈਨ ਵੀ ਆਰ ਗੋਇੰਗ ਟੂ ਇਨਵੈਸਟ ਫਰੋਮ ਆਰ ਪੋਕਿਟ, ਤਾਂ ਆਪਾਂ ਬੜੇ ਚੂਜ਼ੀ ਹੋ ਕੇ ਚੱਲਾਂਗੇ, ਉਹੀ ਬੱਚੇ ਦਾ ਕੇਸ ਫੜਾਂਗੇ ਜਿਹਦੇ ਕਿ ਚਾਂਸਿਸ ਬ੍ਰਾਈਟ ਹੋਣਗੇ। ਬਟ ਫਿਰ ਵੀ ਜਿਹੜੇ ਗੈਪ ਵਾਲੇ ਬੱਚੇ ਹੈ ਜਾਂ ਜਿਹਨਾਂ ਦਾ ਆਇਲ ਸਕੋਰ ਲੋ ਹੈ, 5.5 ਹੈ, ਔਰ ਉਹਨਾਂ ਨੂੰ ਲੱਗਦਾ ਕਿ ਆਸਟ੍ਰੇਲੀਆ ਵੀਜ਼ਾ ਨਹੀਂ ਦੇਗਾ, 16 ਪਾਸ ਆਊਟ ਹੈ, ਇੱਕ ਵਾਰੀ ਅਸੈਸਮੈਂਟ ਲਈ ਸਾਡੇ ਕੋਲ ਜ਼ਰੂਰ ਆਉਣ ਜਾਂ ਆਪਣੇ ਡਾਕੂਮੈਂਟ ਨੀਚੇ ਲਿਖੇ ਈਮੇਲ ਦੇ ਉੱਪਰ ਭੇਜਣ,
ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਕੇਸ ਦਾ ਵੀ ਪੋਜ਼ਿਟਿਵ ਰਿਸਪੋਂਸ ਕੱਢ ਕੇ ਦਈਏ, ਰਿਜ਼ਲਟ ਕੱਢ ਕੇ ਦਈਏ ਫਰੂਟਫੁਲ। ਇਹਦੇ ਵਿੱਚ ਜਿਹੜੇ 2016 ਨਾਲ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਲਈ ਇਹ ਸਰਵਿਸਿਜ਼ ਰਹਿਣਗੀਆਂ ਕਿ ਨਹੀਂ ਰਹਿਣਗੀਆਂ? ਹਾਂ ਬਿਲਕੁਲ ਰਹਿਣਗੀਆਂ, ਜਿਹਨੂੰ ਆਪਾਂ ਸਿਲੈਕਟ ਕਰਾਂਗੇ ਬਿਲਕੁਲ ਰਹਿਣਗੀਆਂ। ਔਰ ਅਗਰ ਫੋਰ ਐਗਜ਼ਾਮਪਲ ਸਾਨੂੰ ਲੱਗਦਾ ਕਿ ਵੀਜ਼ਾ ਦੇ ਚਾਂਸਿਸ 50-50 ਹੈ ਅਤੇ ਉਸ ਬੱਚੇ ਨੂੰ ਆਪਾਂ ਆਪਣੇ ਟਰਮਸ ਚੇਂਜ ਕਰਕੇ ਦੱਸਾਂਗੇ, ਬਟ ਸਟਿਲ ਆਪਾਂ ਕੋਈ ਕੰਸਲਟੈਂਸੀ ਐਡਵਾਂਸ ਨਹੀਂ ਲਾਂਗੇ, ਟਿਊਸ਼ਨ ਫੀ ਫਿਰ ਵੀ ਨਹੀਂ ਲਾਂਗੇ। ਅਗਰ ਐਸਾ ਬੱਚਾ ਜਿਹਦਾ ਪ੍ਰੋਫਾਈਲ ਮੈਨੂੰ ਲੱਗਦਾ ਕਿ 40-50% ਹੈ ਵੀਜ਼ਾ ਦੇ ਚਾਂਸਿਸ, ਉਹਨੂੰ ਅਸੀਂ ਕਹਿ ਸਕਦੇ ਹਾਂ ਕਿ ਤੂੰ ਫਿਰ ਜੇ ਆਪਣੀ ਐਮਬੈਸੀ ਫੀਸ ਪੇ ਕਰ ਦੇ, ਬਾਕੀ ਰਿਸਕ ਸਾਡਾ। ਬਟ ਉਸ ਕੰਡੀਸ਼ਨ 'ਤੇ ਵੀ ਉਸ ਸਟੂਡੈਂਟ ਲਈ ਇਹ ਮਾੜੀ ਡੀਲ ਨਹੀਂ ਹੈ ਜੀ। ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਗੱਲ ਹੋ ਰਹੀ ਹੈ ਜੀ, ਕੋਈ ਵੀ ਲੁਕਾਵੀਂ ਗੱਲ ਨਹੀਂ ਹੈ ਵੀ ਇੱਥੇ ਤੁਹਾਡੇ ਨਾਲ ਕਮਿਟਮੈਂਟ ਹੋਰ ਕੀਤੀ ਜਾਵੇ ਤਾਂ ਬਾਅਦ ਦੇ ਵਿੱਚ ਹੋਰ ਹੋਵੇ। ਜੇ ਸਟੂਡੈਂਟ ਐਲੀਜੀਬਲ ਨਹੀਂ ਹੈ ਤਾਂ ਫਾਈਲ ਮੋੜ ਦਿੱਤੀ ਜਾਏਗੀ, ਜੇ ਐਲੀਜੀਬਲ ਹੈ ਤਾਂ ਉਹਨੂੰ ਇਹ ਸਰਵਿਸਿਜ਼ ਮਿਲਣਗੀਆਂ। ਜੇ ਉਹਦੇ ਚਾਂਸਿਸ 50-50 ਨੇ ਤਾਂ ਉਹ ਥੋੜ੍ਹੇ ਜਿਹੇ ਟਰਮਸ ਐਂਡ ਕੰਡੀਸ਼ਨਸ ਚੇਂਜ ਹੋ ਸਕਦੀਆਂ ਨੇ, ਬਟ ਕੋਈ ਵੀ ਟਿਊਸ਼ਨ ਫੀਸ ਨਹੀਂ, ਕੋਈ ਉਹਦੇ ਵਿੱਚ ਆਪਣੀ ਪ੍ਰੋਸੈਸਿੰਗ ਫੀਸ ਨਹੀਂ ਲਈ ਜਾਏਗੀ। ਇਹੀ ਸ਼ਬਦ ਐਗਜੈਕਟਲੀ, ਬਿਲਕੁਲ ਬਿਲਕੁਲ। ਔਰ ਈਵਨ ਦੈਨ ਸਪੈਸ਼ਲੀ ਆਸਟ੍ਰੇਲੀਆ ਲਈ ਜਿਹੜੇ ਬੱਚੇ ਗੈਪ ਹੈ, ਔਰ ਖਾਸ ਤੌਰ 'ਤੇ ਜਿਹੜੇ ਗ੍ਰੈਜੂਏਟ ਕੇਸਿਸ ਹੈ, ਪੋਸਟ ਗ੍ਰੈਜੂਏਸ਼ਨ ਮਾਸਟਰ ਡਿਗਰੀ ਲਈ ਜਾਂ ਕਿਸੇ ਹੋਰ ਐਮ ਬੀ ਏ ਪ੍ਰੋਗਰਾਮ ਲਈ ਜਾਣਾ ਚਾਹੁੰਦੇ ਹੈ, ਸਪਾਊਸ ਕੇਸਿਸ ਹੈ, ਮੈਰਿਜ ਬਹੁਤ ਜ਼ਿਆਦਾ ਪੁਰਾਣੀ ਨਹੀਂ ਹੈ, ਔਰ ਡਿਪੈਂਡੈਂਟ ਗ੍ਰੈਜੂਏਟ ਨਹੀਂ ਹੈ, ਜੋ ਕਿ ਕਈ ਵਾਰੀ ਕਿਹਾ ਜਾਂਦਾ ਕਿ ਜੀ ਇਹ ਰਿਕੁਆਇਰਮੈਂਟ ਹੈ ਐਮਬੈਸੀ ਦੀ, ਉਹ ਕੇਸਿਸ ਸਾਨੂੰ ਜ਼ਰੂਰ ਸੰਪਰਕ ਕਰਨ। ਆਪਾਂ ਉਹਨਾਂ ਨੂੰ ਪਹਿਲਾਂ ਰਿਜ਼ਲਟ ਦਿਖਾਵਾਂਗੇ, ਫਿਰ ਐਨਰੋਲ ਕਰਾਂਗੇ ਸੇਮ ਕੰਡੀਸ਼ਨ 'ਤੇ ਕਰਾਂਗੇ, ਔਰ ਫਿਰ ਉਹਨਾਂ ਦਾ ਪੋਜ਼ਿਟਿਵ ਔਰ ਫਰੂਟਫੁਲ ਰਿਜ਼ਲਟ ਦਿਖਾਵਾਂਗੇ ਜੀ। ਇਹਦੇ 'ਚ ਆਸਟ੍ਰੇਲੀਆ 'ਚ ਇੱਕ ਖਾਸ ਚੀਜ਼ ਜਿਹੜੀ ਹਰ ਕੋਈ ਕੁਐਰੀ ਕਰਦਾ, ਦੈਟਸ ਆ ਫੰਡਸ। ਫੰਡਸ ਕਿੱਥੇ ਸਟੈਂਡ ਕਰਨਗੇ ਇਹ ਸਾਰੀ ਸਰਵਿਸਿਜ਼ ਦੇ ਵਿੱਚ? ਫੰਡਸ ਸਰਵਿਸਿਜ਼ ਦਾ, ਸਾਡੀ ਸਰਵਿਸਿਜ਼ ਦਾ ਫੰਡਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਨੋ ਡਾਊਟ ਫੰਡਸ ਜੈਨੂਅਨਲੀ ਬੱਚੇ ਕੋਲ, ਜਿਹਦੇ ਕੋਲ ਹੈ, ਉਹਨੂੰ ਸ਼ੋਅ ਕਰਨੇ ਪੈਣਗੇ, ਅਦਰਵਾਈਜ਼ ਇਨਡਾਇਰੈਕਟਲੀ। ਹਾਲਾਂਕਿ ਇਸ ਮੰਚ 'ਤੇ ਬੈਠ ਕੇ ਸਟੇਟ ਫਾਰਵਰਡ ਇਹ ਗੱਲ ਕਲੀਅਰ ਕੱਟ ਕਹਿਣਾ ਸ਼ਾਇਦ ਠੀਕ ਨਹੀਂ, ਬਟ ਫਿਰ ਵੀ ਸਭ ਨੂੰ ਪਤਾ ਕਿ ਸਟੂਡੈਂਟਸ ਫਿਰ ਆਪਣੇ ਫੰਡਸ ਕਿਸੇ ਨਾ ਕਿਸੇ ਫਾਈਨਾਂਸਰ ਦੇ ਥਰੂ ਜਾਂ ਆਪਣਾ ਕੋਈ ਐਜੂਕੇਸ਼ਨ ਲੋਨ ਦਾ ਅਰੇਂਜਮੈਂਟ ਕਰਦੇ ਹਾਂ। ਦਿਸ ਇਜ਼ ਦਾ ਓਨਲੀ ਅਲਟਰਨੇਟ। ਪਰ ਜਿਹੜੀ ਇਹ ਜਿਵੇਂ ਹੁਣ ਤੁਹਾਨੂੰ ਵੀ ਪਤਾ ਲੱਗ ਜਾਂਦਾ ਐਜ਼ ਅ ਕੰਸਲਟੈਂਟ ਵੀ ਇਹ ਬੱਚੇ ਨੇ ਅਲਟਰਨੇਟ ਕਿਤੋਂ ਸ਼ੋਅ ਕਰਵਾਏ ਆ ਫੰਡ, ਇਹਦੇ ਕੋਲ ਆਪਣੇ ਨਹੀਂ ਹੈ, ਉੱਥੇ ਰਿਸਕ ਫੈਕਟਰ ਵੱਧ ਜਾਂਦਾ ਰਿਜੈਕਸ਼ਨ ਦਾ ਵੀ ਹੋ ਸਕਦਾ ਚਾਂਸਿਸ ਆ ਵੀ ਫੜਿਆ ਜਾਵੇ, ਉੱਥੇ ਸਰਵਿਸਿਜ਼ ਲਾਗੂ ਹੁੰਦੀਆਂ? ਬਿਲਕੁਲ ਹੁੰਦੀਆਂ। ਉਹਦਾ ਕਾਰਨ ਹੈ, ਸਟੂਡੈਂਟ ਨੇ ਸਾਨੂੰ ਡਾਕੂਮੈਂਟ ਦਿੱਤੇ, ਅਸੀਂ ਉਹਦਾ ਆਫਰ ਅਪਲਾਈ ਕੀਤਾ, ਉਸ ਤੋਂ ਬਾਅਦ ਨੈਕਸਟ ਸਟੇਜ 'ਤੇ ਉਹਨੇ ਸਾਨੂੰ ਫੰਡਸ ਪ੍ਰੋਵਾਈਡ ਕਰਨੇ ਆ। ਬਿਫੋਰ ਵੀ ਸੈਂਡ ਦਾ ਆਲ ਫਾਈਨੈਂਸ਼ੀਅਲ ਡਾਕੂਮੈਂਟ ਟੂ ਦਾ ਯੂਨੀਵਰਸਿਟੀ, ਮੇਰੀ ਜਿਹੜੀ ਟੀਮ ਹੈ, ਵੀ ਵਿਲ ਵੈਰੀਫਾਈ ਦਾ ਫੰਡਸ। ਆਪਾਂ ਆਪਣੇ ਲੈਵਲ 'ਤੇ ਉਹਨੂੰ ਚੰਗੀ ਤਰ੍ਹਾਂ ਥਰੂ ਈਮੇਲ, ਟੈਲੀਫੋਨਿਕਲੀ, ਪਰਸਨਲੀ, ਜੋ ਵੀ ਸਾਡੇ ਇੱਕ ਸਿਸਟਮ ਬਣਿਆ ਹੋਇਆ ਉਹਦੇ ਨਾਲ ਵੈਰੀਫਾਈ ਕਰਾਂਗੇ। ਵੈਰੀਫਿਕੇਸ਼ਨ ਦੇ ਅੰਦਰ ਅਗਰ ਉਹ ਫੰਡਸ ਅਪਰੂਵਡ ਹੁੰਦੇ ਹਨ, ਡੈਫੀਨੇਟਲੀ ਅਗਰ ਮੇਰੀ ਟੀਮ ਫੰਡ ਵੈਰੀਫਾਈ ਕਰ ਰਹੀ ਹੈ, ਬੈਂਕ ਵੱਲੋਂ ਇੱਕ ਪੋਜ਼ਿਟਿਵ ਰਿਸਪੋਂਸ ਆ ਰਿਹਾ, ਇਟ ਮੀਨਸ ਦੀਜ ਆਰ ਦਾ ਜੈਨੂਅਨ ਫੰਡਸ। ਯੂਨੀਵਰਸਿਟੀ ਨੂੰ ਵੀ ਉਹ ਫੰਡਸ ਫਿਰ ਓਕੇ ਰਿਪੋਰਟ ਦੀ ਮੇਲ ਜਾਏਗੀ, ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ। ਫਿਰ ਦੂਜਾ, ਇਹ ਜਿਹੜੀ ਸਾਰੀ ਸਿਸਟਮ ਹੈ, ਇਹਦੇ ਵਿੱਚ ਜਿਹੜੇ ਬੱਚੇ ਸਪਾਊਸ ਨਾਲ ਜਾਣਾ ਚਾਹੁੰਦੇ ਨੇ, ਉਹਨਾਂ ਦੇ ਦੋਨਾਂ ਲਈ ਸਰਵਿਸਿਜ਼ ਸੇਮ ਰਹਿਣਗੀਆਂ ਜਾਂ ਇੱਕ ਦੀ ਫੀਸ ਦੇਣੀ ਪਏਗੀ? ਸਰ ਦੇਖੋ, ਸਪਾਊਸ ਦੇ ਕੇਸ ਦੇ ਵਿੱਚ ਸਭ ਨੂੰ ਪਤਾ ਕਿ ਸਿਰਫ ਔਰ ਸਿਰਫ ਐਮਬੈਸੀ ਫੀਸ ਜਿਹੜੀ ਹੈ ਅੱਡ ਲੱਗਦੀ ਹੈ, ਬਾਕੀ ਟਿਊਸ਼ਨ ਫੀਸ ਸਪਾਊਸ ਦੀ ਲੱਗਣੀ ਨਹੀਂ। ਮੈਡੀਕਲ ਮੈਂ ਇੱਕ ਚੀਜ਼ ਹੋਰ ਕਲੀਅਰ ਕਰਨਾ ਚਾਹੁੰਦਾ, ਸੱਚ ਦਿਮਾਗ 'ਚ ਆ ਗਈ, ਤੁਸੀਂ ਵੀ ਨਹੀਂ ਸਵਾਲ ਪੁੱਛਿਆ। ਐਜ਼ ਪਰ ਪੋਲਿਸੀ ਆਫ ਵਿਸ਼ਵਾਸ ਇੰਟਰਨੈਸ਼ਨਲ, ਕਿਸੇ ਵੀ ਕੰਟਰੀ ਦਾ, ਚਾਹੇ ਆਪਾਂ 100% ਪੈਕੇਜ ਕੋਲੋਂ ਦੇ ਕੇ ਕਰਦੇ ਹਾਂ, ਲੇਕਿਨ ਮੈਡੀਕਲ ਆਲਵੇਜ਼ ਸਟੂਡੈਂਟ ਦਾ ਹੁੰਦਾ, ਚਾਹੇ ਉਹ ਡਿਪੈਂਡੈਂਟ ਹੈ, ਚਾਹੇ ਉਹ ਮੇਨ ਐਪਲੀਕੈਂਟ ਹੈ, ਚਾਹੇ ਉਹ ਚਾਈਲਡ ਸਟੂਡੈਂਟ ਹੈ, ਵਟ ਐਵਰ, ਮੈਡੀਕਲ ਜਿਹੜਾ ਬੱਚਾ ਆਪ ਕਰਾਏਗਾ। ਹੁਣ ਜਿਹੜੇ ਤੁਹਾਡੇ ਸਵਾਲ ਦਾ ਜਵਾਬ, ਕਿ ਡਿਪੈਂਡੈਂਟ ਕੇਸ ਦੇ ਅੰਦਰ ਵੀ ਬਿਲਕੁਲ ਸਰਵਿਸਿਜ਼ ਹੀ ਰਹਿਣਗੀਆਂ, ਬਟ ਡਿਪੈਂਡੈਂਟ ਦੀ ਜਿਹੜੀ ਐਮਬੈਸੀ ਫੀਸ ਹੈ ਉਹ ਡਿਪੈਂਡੈਂਟ ਆਪ ਪੇ ਕਰੇਗਾ, ਸਿਰਫ ਔਰ ਸਿਰਫ ਮੇਨ ਐਪਲੀਕੈਂਟ ਦੀ ਐਮਬੈਸੀ ਫੀਸ, ਇੰਸ਼ੋਰੈਂਸ ਦਾ ਪੈਸਾ, ਓ ਐੱਸ ਐੱਚ ਸੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਪਲੱਸ ਟਿਊਸ਼ਨ ਫੀ, ਔਰ ਅਗਰ ਕੋਈ ਐਲੀ ਕੋਰਸ ਲੱਗਿਆ, ਐਵਰੀਥਿੰਗ ਵਿਲ ਪੇ ਬਾਏ ਅਸ ਜੀ। ਹੁਣ ਇੱਕ ਚੀਜ਼ ਹੋਰ ਦਿਮਾਗ 'ਚ ਆਉਂਦੀ ਹੈ, ਜੋ ਕੈਨੇਡਾ 'ਚ ਹੋਇਆ, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਸੇ ਕੰਪਨੀਜ਼ ਦਾ, ਪਹਿਲਾਂ ਕਿਹਾ ਗਿਆ ਸਾਰੇ ਪੈਸੇ ਬਾਅਦ 'ਚ, ਅਤੇ ਬਾਅਦ ਦੇ ਵਿੱਚ 4-5 ਲੱਖ ਦੇ 15-20 ਲੱਖ ਰੁਪਇਆ ਲਿਆ ਗਿਆ, ਵੈਸੀ ਕੋਈ ਗੱਲ ਤਾਂ ਨਹੀਂ ਸਾਹਮਣੇ ਆਈ? ਨਹੀਂ ਸਰ, ਵੈਸੀ ਕੋਈ ਗੱਲ ਸਾਹਮਣੇ ਨਹੀਂ ਆਏਗੀ, ਨੰਬਰ 1। ਨੰਬਰ 2, ਜਿਹੜਾ ਸਟੂਡੈਂਟ ਸਾਡੇ ਕੋਲ ਆ ਰਿਹਾ, ਠੀਕ ਹੈ, ਦੇਖੋ ਬੜੀ ਇੱਕ ਸਟ੍ਰੇਟ ਫਾਰਵਰਡ ਜਿਹੀ ਗੱਲ ਹੈ ਕਿ ਅਲਟੀਮੇਟਲੀ ਕੰਪਨੀ ਨੇ ਵੀ ਪੈਸਾ ਕੱਢਣਾ ਇੱਥੋਂ ਹੀ ਹੈ, ਸਟੂਡੈਂਟ ਤੋਂ ਕੱਢਣਾ। ਫਰਕ ਸਿਰਫ ਇੰਨਾ ਹੈ ਕਿ ਨੋ ਡਾਊਟ ਆਪਾਂ ਨੂੰ ਮਾਰਜਨ ਥੋੜ੍ਹਾ ਐਕਸੈਸ ਰੱਖਣਾ ਇਸ ਲਈ ਪੈਂਦਾ ਕਿਉਂਕਿ ਐਸੇ ਕੇਸਿਸ ਦਾ ਸਕਸੈਸ ਰੇਟ ਬਹੁਤ ਲੋ ਹੈ। ਆਪਾਂ ਆਪਣਾ ਐਕਸਪੀਰੀਅੰਸ ਬਚਪਾਉਣਾ, ਅੱਛੀ ਐਸ ਓ ਪੀਜ਼ ਬਣਾਉਣੀ ਹੈ, ਸਲੈਕਸ਼ਨ ਆਫ ਕੋਰਸ, ਸਲੈਕਸ਼ਨ ਆਫ ਕਾਲਜ ਆਪਣੇ ਹਿਸਾਬ ਨਾਲ ਕਰਨਾ, ਸਟੂਡੈਂਟ ਦੇ ਹਿਸਾਬ ਨਾਲ ਨਹੀਂ ਹੋਏਗਾ। ਔਰ
ਉਸ ਕੇਸ ਦੇ ਅੰਦਰ ਅਗਰ ਜੋ 10 ਵਿੱਚੋਂ 5% ਸਾਡਾ 10 ਵਿੱਚੋਂ 5 ਵੀਜ਼ੇ ਹੁੰਦੇ 5 ਰਿਫਿਊਜ਼ਲਸ ਹੁੰਦੇ ਤਾਂ ਉਹ ਜਿਹੜਾ 5 ਰਿਫਿਊਜ਼ਲਸ ਦਾ ਲੋਸ ਹੈ ਉਹ ਵੀ ਅਲਟੀਮੇਟਲੀ ਬਿਕੋਜ਼ ਵੀ ਆਰ ਡੂਇੰਗ ਬਿਜ਼ਨਸ ਤਾਂ ਉਹ ਸਕਸੈਸ ਰੇਟ ਵਾਲੇ ਬੱਚਿਆਂ ਦੇ ਉੱਪਰ ਹੀ ਪੈਣਾ ਬਟ ਐਸਾ ਵੀ ਨਹੀਂ ਹੈ ਕਿ ਤੁਹਾਨੂੰ 15-20 ਲੱਖ ਰੁਪਏ ਦੇ ਪੈਕੇਜਸ ਮਿਲਣ ਜੀ ਜਦੋਂ SOP ਦੀ ਤੁਸੀਂ ਗੱਲ ਕੀਤੀ ਹੈ ਜਦੋਂ SOP ਬਣਾਉਣ ਦੀ ਗੱਲ ਆਉਂਦੀ ਹੈ ਇੱਕ ਹੁਣ ਤੁਸੀਂ ਕਿਹਾ ਅਸੀਂ SOP ਬਣਵਾਉਣੀ ਆ ਸਟੂਡੈਂਟ ਨੂੰ ਇਨਵੋਲਵ ਕਰਕੇ SOP ਬਣਵਾਉਣੀ ਇੱਕ ਸਾਰੀ SOP ਆਪ ਬਣਾ ਦੇਣੀ ਦੋਨਾਂ ਦੇ ਵਿੱਚ ਫਰਕ ਹੈ ਤਾਂ ਸਰਵਿਸਿਸ ਦੇ ਵਿੱਚ ਐਕਚੁਅਲ ਰਾਈਟ ਵੇ ਕੀ ਰਹਿੰਦਾ ਦੇਖੇ ਗੱਲ ਪਤਾ ਕੀ ਹੈ ਅਮਨ ਭਾਅ ਜੀ ਸਟੂਡੈਂਟ ਬੜੀ ਸਟ੍ਰੇਟ ਫਾਰਵਰਡ ਜਿਹੀ ਗੱਲ ਇਹ ਹੈ ਕਿ ਅੱਜ ਆਪਾਂ ਇਸ ਮੰਚ 'ਤੇ ਜਿਹੜੇ ਬੱਚਿਆਂ ਦੇ ਲਈ ਗੱਲ ਕਰ ਰਹੇ ਹਾਂ ਸਰਵਿਸਿਸ 5.5 ਬੈਂਡ ਕੈਨੇਡਾ 6 ਬੈਂਡ 50% ਨੰਬਰ 45% ਨੰਬਰ 2 ਸਾਲ ਦਾ ਗੈਪ 4 ਸਾਲ ਦਾ ਗੈਪ 5 ਸਾਲ ਦਾ ਗੈਪ ਸਟੂਡੈਂਟ ਯਾਨੀ ਕਿ ਇਹ ਉਹ ਸਟੂਡੈਂਟ ਹੈ ਜੋ ਬਹੁਤ ਵਧੀਆ ਜਾਂ ਕੁਆਲਿਟੀ ਸਟੂਡੈਂਟ ਨਹੀਂ ਹੈ ਠੀਕ ਹੈ ਦੀਜ਼ ਟਾਈਪ ਆਫ ਸਟੂਡੈਂਟਸ ਆਰ ਨੋਟ ਏਬਲ ਟੂ ਮੇਕ ਦੇਅਰ SOP ਔਨ ਦੇਅਰ ਬਿਹਾਫ ਆਪਾਂ ਬੇਸਿਕਲੀ SOP ਦੇ ਅੰਦਰ ਆਪਾਂ ਸਟੂਡੈਂਟ ਨੂੰ ਪਰਫਾਰਮਾ ਪ੍ਰੋਵਾਈਡ ਕਰਵਾਉਂਦੇ ਹਾਂ ਉਹਨੂੰ ਦੱਸਦੇ ਹਾਂ ਵੀ ਤੂੰ ਬੱਚੇ ਇਹ ਚੀਜ਼ਾਂ ਮੈਨਸ਼ਨ ਕਰਨੀ ਆਪਣੀ ਇੰਟਰੋਡਕਸ਼ਨ ਦੇਣੀ ਆਪਣਾ ਪੈਟਰਨ ਦਿੱਤਾ ਜਾਂਦਾ ਉਹਨੂੰ ਦੱਸਿਆ ਜਾਂਦਾ ਵੀ ਜੋ ਚੀਜ਼ ਤੈਨੂੰ ਨਹੀਂ ਪਤਾ ਲੱਗਦੀ ਤੂੰ ਇੰਟਰਨੈਟ ਤੋਂ ਹੈਲਪ ਲੈ ਸਕਦਾ ਸਾਡੀ ਟੀਮ ਤੈਨੂੰ ਹੈਲਪ ਆਊਟ ਕਰੇਗੀ ਫਿਰ ਫਾਈਨਲੀ ਉਹਨੂੰ ਆਪਾਂ ਅਮੈਂਡ ਵੀ ਕਰਦੇ ਹਾਂ ਆਪਣੇ ਹਿਸਾਬ ਨਾਲ ਬਿਲਕੁਲ ਬਟ ਡਜ਼ਨਟ ਮੀਨ ਕਿ ਵੀ ਸਾਰਾ ਕੁਛ ਹੀ ਆਪਾਂ ਕਰਾਂਗੇ ਤਾਂ ਸਟੂਡੈਂਟ ਦਾ ਹਾਲਾਂਕਿ ਕੈਨੇਡਾ ਦੇ ਵਿੱਚ ਤਾਂ ਚਾਂਸਿਸ ਬਹੁਤ ਘੱਟ ਹੁੰਦੇ ਬਟ ਸਟਿਲ ਇੰਟਰਵਿਊ ਕੈਨ ਕਾਲ ਬਾਏ ਦਾ ਹਾਈ ਕਮਿਸ਼ਨ ਬੜੀ ਵਧੀਆ ਤੁਸੀਂ ਗੱਲ ਕੀਤੀ ਹੈ ਕਿਉਂਕਿ ਇਹ ਚੀਜ਼ SOP ਬਣਵਾਉਣੀ ਵੀ ਆਪ ਇਨਵੋਲਵ ਹੋ ਕੇ ਉਹਨੂੰ ਹੈਲਪ ਕਰਕੇ ਅਲੱਗ ਚੀਜ਼ ਹੈ ਇੱਕ ਬੱਚੇ ਦੀ ਇਨਵੋਲਵਮੈਂਟ ਹੀ ਨਹੀਂ ਰੱਖੀ ਜਾਂਦੀ ਭਾਜੀ ਕਈ ਜਗ੍ਹਾ ਤੇ ਬੱਚੇ ਨੂੰ ਪਤਾ ਹੀ ਨਹੀਂ ਹੁੰਦਾ ਔਰ ਇਨ ਕੇਸ ਅਗਰ ਤੁਹਾਡੇ ਕੋਲ ਐਮਬੈਸੀ ਤੋਂ ਕਾਲ ਆ ਗਿਆ ਉਹ ਤੁਹਾਨੂੰ ਪਤਾ ਹੀ ਨਹੀਂ ਲਿਖਿਆ ਤੁਹਾਨੂੰ ਪਤਾ ਹੀ ਨਹੀਂ ਕਿ ਉਹ ਸਟੇਟਮੈਂਟ ਆਫ ਪਰਪਸ ਵਟ ਇਜ਼ ਦਾ ਡੈਫੀਨੇਸ਼ਨ ਆਫ ਸਟੇਟਮੈਂਟ ਆਫ ਪਰਪਸ ਜੋ ਬੱਚੇ ਦਾ ਪਰਪਸ ਹੈ ਉਹ ਆਪਣੀ ਸਟੇਟਮੈਂਟ ਆਪਣੇ ਸ਼ਬਦਾਂ ਵਿੱਚ ਬਿਆਨ ਕਰ ਰਿਹਾ ਦਰਜ ਕਰ ਰਿਹਾ ਹਾਈ ਕਮਿਸ਼ਨ ਨੂੰ ਬਟ ਹੀ ਡਜ਼ਨਟ ਨੋ ਕਿ ਮੈਂ ਕੀ ਕਿਹਾ ਸੀਗਾ ਬਿਕੋਜ਼ ਉਹਨੇ ਕੀਤਾ ਹੀ ਨਹੀਂ ਸੋ ਇਹ ਬਿਲਕੁਲ ਸਪਸ਼ਟ ਸ਼ਬਦਾਂ 'ਚ ਗੱਲ ਹੋਈ ਹੈ ਜੀ ਹੈਲਪ ਕੀਤੀ ਜਾਏਗੀ ਵਿਸ਼ਵਾਸ ਇੰਟਰਨੈਸ਼ਨਲ ਵੱਲੋਂ ਬੱਚੇ ਨੂੰ ਚਾਹੇ ਤੁਹਾਡਾ ਗੈਪ ਹੈ 5.5 ਬੈਂਡ ਹੈ ਤੁਹਾਡੀ ਅਪਲਾਈ ਕਰਨਾ ਚਾਹੁੰਦੇ ਜੇ ਵਿਸ਼ਵਾਸ ਇੰਟਰਨੈਸ਼ਨਲ ਜੇ ਯੈਸ ਕਰਦਾ ਹੈ ਤਾਂ ਤੁਹਾਨੂੰ ਸਰਵਿਸਿਜ਼ ਮਿਲਣਗੀਆਂ ਬਟ ਉਹਦੇ ਲਈ ਤੁਹਾਨੂੰ ਕਾਲ ਕਰਨਾ ਪਏਗਾ ਇਹਨਾਂ ਦੇ ਆਫਿਸਿਸ ਦੇ ਵਿੱਚ ਵਿਜ਼ਿਟ ਕਰਨਾ ਪਏਗਾ ਸਕਰੋਲ 'ਚ ਤੁਸੀਂ ਦੇਖ ਵੀ ਰਹੇ ਹੋ ਜਲੰਧਰ ਵਿਖੇ ਆਫਿਸ ਬੜੀ ਜਲਦੀ ਓਪਨ ਹੋ ਰਿਹਾ ਆਈ ਥਿੰਕ ਅੰਡਰ ਕੰਸਟਰਕਸ਼ਨ ਹੈ ਸੋ ਉਹਨਾਂ ਲਈ ਵੀ ਜਲੰਧਰ ਵਾਲਿਆਂ ਲਈ ਵੀ ਬੜੀ ਜਲਦੀ ਇਸ ਆਫਿਸ ਨੂੰ ਓਪਨ ਕਰ ਦਿੱਤਾ ਜਾਏਗਾ ਤੁਸੀਂ ਉੱਥੇ ਵੀ ਵਿਜ਼ਿਟ ਕਰ ਪਾਓਗੇ ਕਦੋਂ ਤੱਕ ਅਪਰੋਕਸੀਮੇਟਲੀ ਉਮੀਦ ਹੈ ਜਲੰਧਰ ਦੀ ਤਕਰੀਬਨ ਮੰਨ ਕੇ ਚੱਲੋ ਕਿ ਅੱਜ ਤੋਂ ਹਫ਼ਤਾ ਔਰ 10 ਦਿਨ ਹਫ਼ਤੇ 10 ਦਿਨ ਬਾਅਦ ਸ਼ੁਰੂ ਹੋ ਜਾਏਗਾ ਜੀ ਜੀ ਪਹਿਲੇ ਤਾਂ ਵਿਸ਼ਵਾਸ ਇੰਟਰਨੈਸ਼ਨਲ ਦੀ ਟੀਮ ਮੁਬਾਰਕਾਂ ਦੀ ਹੱਕਦਾਰ ਹੈ ਜੀ ਜਿਹੜੇ ਨਵੇਂ ਆਫਿਸ ਓਪਨ ਕਰਨ ਜਾ ਰਹੇ ਹੋ ਸੈਕਿੰਡਲੀ ਬੈਸਟ ਆਫ ਲੱਕ ਦੂਜਾ ਆਹ ਜਿਹੜੀ ਸਰਵਿਸਿਜ਼ ਨੇ ਇਹ ਜਲੰਧਰ ਆਫਿਸ ਦੇ ਵਿੱਚ ਸੇਮ ਰਹਿਣਗੀਆਂ ਬਿਲਕੁਲ ਸਾਰੇ ਜਿਹੜੇ ਵੀ ਸਾਡੇ 6 ਬ੍ਰਾਂਚਿਸ ਹੈ ਸਭ ਜਗ੍ਹਾ ਸੇਮ ਰਹਿਣਗੀਆਂ ਸਭ ਜਗ੍ਹਾ ਯੂਨੀਫਾਰਮ ਪ੍ਰਾਈਜ਼ ਕੋਟ ਕੀਤਾ ਜਾਏਗਾ ਸਭ ਜਗ੍ਹਾ ਸੇਮ ਟਰਮਸ ਕੰਡੀਸ਼ਨਸ ਐਪਲੀਕੇਬਲ ਹੋਣਗੀਆਂ ਬਟ ਹਾਂ ਹੋ ਸਕਦਾ ਹੈ ਕਈ ਵਾਰੀ ਕਲਾਇੰਟਸ ਨੂੰ ਇਸ ਚੀਜ਼ ਵੱਲੋਂ ਵੇਟ ਕਰਨਾ ਪਏ ਕਿ ਕਿਉਂਕਿ ਕਈ ਵਾਰ ਕੁਛ ਪ੍ਰੋਫਾਈਲ ਇੱਦਾਂ ਦੇ ਹੁੰਦੇ ਜਿਹੜੇ ਕੰਪਲੀਕੇਟਿਡ ਹੁੰਦੇ ਆ ਔਰ ਪ੍ਰੈਕਟੀਕਲੀ ਇਹ ਚੀਜ਼ ਪੋਸੀਬਲ ਨਹੀਂ ਹੈ ਕਿ ਸਾਰੀ ਜਗ੍ਹਾ ਮੈਂ ਪਰਸਨਲੀ ਹਰੇਕ ਕਲਾਇੰਟ ਨੂੰ ਅਟੈਂਡ ਕਰ ਸਕਾਂ ਹਰੇਕ ਕਲਾਇੰਟ ਤੱਕ ਪਹੁੰਚ ਹੋ ਸਕੇ ਉਹਦਾ ਤਰੀਕਾ ਇਹ ਹੈ ਕਿ ਸਟੂਡੈਂਟ ਆਪਣਾ ਡਾਕੂਮੈਂਟਸ ਜਾਂ ਤਾਂ ਈਮੇਲ ਦੇ ਰਾਹੀਂ ਸਾਡੇ ਕੋਲ ਭੇਜੇ ਜਾਂ ਕਈ ਵਾਰੀ ਅਗਰ ਸਟੂਡੈਂਟ ਉੱਥੇ ਵਿਜ਼ਿਟ ਕਰਦਾ ਔਰ ਸਾਡਾ ਸਟਾਫ ਕੁਛ ਇੱਕ ਕੇਸਿਸ ਦੇ ਵਿੱਚ ਕੰਪਲੀਕੇਸ਼ਨਸ ਹੈ ਕਿ ਸਰ ਇਹਨੂੰ ਕਰਨਾ ਹੈ ਨਹੀਂ ਕਰਨਾ ਅਤੇ ਅਫਕੋਰਸ ਦੇ ਡਿਸਕਸ ਹੋਏਗਾ ਅਤੇ ਉਹਦੇ ਲਈ ਸਟੂਡੈਂਟ ਨੂੰ ਹੋ ਸਕਦਾ ਇੱਕ ਅੱਧਾ ਦਿਨ ਦਾ ਸਾਨੂੰ ਟਾਈਮ ਦੇਣਾ ਪਏ ਅਦਰਵਾਈਜ਼ ਸਰਵਿਸਿਸ ਸੇਮ ਹੈ ਟਰਮਸ ਕੰਡੀਸ਼ਨ ਸੇਮ ਹੈ ਪ੍ਰਾਈਸ ਸੇਮ ਕੋਟ ਹੋਏਗਾ ਸਾਰੀ ਜਗ੍ਹਾ ਮੈਂ ਇੱਕ ਵਾਰੀ ਚਾਹੂੰਗਾ ਇਸ ਤੋਂ ਪਹਿਲੇ ਕੈਨੇਡਾ ਡਿਸਕਸ਼ਨ ਸ਼ੁਰੂ ਕਰੀਏ ਦੁਆਰਾ ਆਸਟ੍ਰੇਲੀਆ ਵਾਲੇ ਲਈ ਵਿਊਅਰਸ ਜਿਹੜੇ ਦੇਖ ਰਹੇ ਨੇ ਆਪਣੀ ਸਰਵਿਸਿਸ ਅਤੇ ਪ੍ਰੋਫਾਈਲ ਜਿਹੜੀ ਪੋਜ਼ਿਟਿਵ ਗਿਣਦੇ ਹੋ ਕਿਹੜੇ ਕਿਹੜੇ ਅਪਲਾਈ ਕਰੋਗੇ ਤੁਸੀਂ ਉਹ ਇੱਕ ਵਾਰੀ ਜ਼ਰੂਰ ਸਰ ਦੇਖੋ ਮੇਰੇ ਵੱਲੋਂ ਤਾਂ ਮੈਂ ਉਹਨਾਂ ਸਟੂਡੈਂਟਸ ਨੂੰ ਤਾਂ ਮੋਸਟ ਵੈਲਕਮ ਕਰੂੰਗਾ ਜਿਨ੍ਹਾਂ ਦੇ 6.5 ਬੈਂਡ ਹੈ 65% ਤੋਂ ਮਾਰਕਸ ਅਬਵ ਹੈ ਅਤੇ ਗੈਪ ਨਹੀਂ ਹੈ ਸਟੇਟ ਬੋਰਡਸ ਨੂੰ ਲੈ ਕੇ ਹਾਂ ਹਰਿਆਣਾ ਬੋਰਡ ਪੰਜਾਬ ਬੋਰਡ CBSE ਬੋਰਡ ICSE ਬੋਰਡ ਕੋਈ ਪ੍ਰੋਬਲਮ ਨਹੀਂ ਠੀਕ ਹੈ ਹਾਂ ਜਿਹੜੇ ਸਟੂਡੈਂਟਸ ਦਾ ਪ੍ਰੋਫਾਈਲ ਵੀਕ ਹੈ ਲਾਈਕ 5.5 ਬੈਂਡ ਹੈ 2-3 ਸਾਲ ਦਾ ਗੈਪ ਹੈ ਜਾਂ 6 ਬੈਂਡ ਹੈ ਪਰਸੈਂਟੇਜ ਲੋ ਹੈ ਉਹਨਾਂ ਨੂੰ ਵੀ ਆਪਾਂ ਅਸੈਸ ਕਰਾਂਗੇ ਉਹਦੇ ਅੰਦਰ ਨੋ ਡਾਊਟ ਆਪਾਂ ਸਾਰਾ ਰਿਸਕ ਨਹੀਂ ਚੱਕਾਂਗੇ ਕੁਛ ਰਿਸਕ ਕਲਾਇੰਟਸ ਦੇ ਉਹਨੂੰ ਬੇਅਰ ਕਰਨਾ ਪਏਗਾ ਕੁਛ ਆਪਾਂ ਬਟ ਫਿਰ ਵੀ ਇਹ ਉਹ ਪ੍ਰੋਫਾਈਲ ਹੈ ਜਿਨ੍ਹਾਂ ਨੂੰ ਜਾਂ ਤਾਂ ਕਿਸੇ ਵੀ ਅਦਰ ਕੰਪਨੀ ਨੇ ਫੜਨਾ ਨਹੀਂ ਜੇ ਫੜਨਾ ਤਾਂ ਸਿਰਫ ਔਰ ਸਿਰਫ ਆਪਣੇ ਪੈਸੇ ਲੈਣੇ ਹੈ ਕੋਈ ਤੁਹਾਡੀ ਐਮਬੈਸੀ ਫੀਸ ਨਹੀਂ ਪੇ ਕਰੇਗਾ ਕੋਈ ਟਿਊਸ਼ਨ ਫੀਸ ਨਹੀਂ ਪੇ ਕਰੇਗਾ ਮੈਂ ਫਿਰ ਵੀ ਤੁਹਾਡੇ ਕੋਲੋਂ ਟਿਊਸ਼ਨ ਫੀਸ
ਇੰਸ਼ੋਰੈਂਸ ਦਾ ਪੈਸਾ, ਆਪਣੇ ਕੰਸਲਟੇਸ਼ਨ ਚਾਰਜਸ, ਫਿਰ ਵੀ ਆਪਾਂ ਬਾਅਦ 'ਚ ਲਵਾਂਗੇ ਜੀ। ਸੋ AL1 ਜਾਂ AL2 ਕਿਹੜੇ ਇੰਸਟੀਟਿਊਸ਼ਨਸ ਰਹਿਣਗੇ? ਡਿਪੈਂਡ ਅਪੋਨ ਦਾ ਪ੍ਰੋਫਾਈਲ ਟੂ ਪ੍ਰੋਫਾਈਲ, ਬਟ ਮੋਸਟ ਆਫ ਦਾ ਸਟੂਡੈਂਟਸ ਵਿਲ ਅਪਲਾਈ ਬਾਏ ਅਸ ਇਨ AL2 ਬਿਕੋਜ਼ AL1 ਦੇ ਲਈ ਬੜਾ ਕਰੀਮ ਸਟੂਡੈਂਟ ਚਾਹੀਦਾ। ਇਟਸ ਅ ਟਫ ਜੋਬ ਟੂ ਗੈਟ ਆਫ ਅ ਲੈਟਰ ਫੋਰ ਐਵਰੀ ਸਟੂਡੈਂਟ ਇਨ AL1। ਅਤੇ ਜੇ ਐਲੀਜੀਬਲ ਹੁੰਦੀ ਹੈ, ਪ੍ਰੋਫਾਈਲ ਚੰਗੀ ਮਿਲਦੀ ਹੈ, ਅਤੇ ਲੀਡਿੰਗ ਟੂ ਡਿਗਰੀ ਦੇ ਵਿੱਚ ਜਿਹੜਾ ਉਹ ਅਪਲਾਈ। ਹਾਂ ਐਗਜੈਕਟਲੀ, ਬਾਕੀ ਡਿਪੈਂਡ ਕਰਦਾ। ਕਈ ਵਾਰੀ ਹੁਣ ਪਿੱਛੇ ਇੱਕ ਅਸੀਂ ਫੀਮੇਲ ਸਟੂਡੈਂਟ ਦਾ ਵੀਜ਼ਾ ਲਿਆ, ਉਹਦਾ ਪ੍ਰੋਫਾਈਲ ਬਹੁਤ ਵਧੀਆ ਸੀਗਾ, ਬਟ ਉਹਦੇ ਪੇਰੈਂਟਸ ਨੇ, ਉਹਦੇ ਫਾਦਰ ਸਾਹਿਬ ਮੈਨੂੰ ਮਿਲੇ, ਉਹ ਕਹਿੰਦੇ ਨਹੀਂ ਸਰ ਆਪਾਂ ਨਾ ਸਾਡਾ ਬਜਟ ਲੋ ਹੈ, ਠੀਕ ਹੈ, ਐਂਡ ਵੀ ਆਰ ਇੰਟਰਸਟਿੰਗ ਟੂ ਗੋ ਅਪਲਾਈ ਇਨ ਡਿਪਲੋਮਾ ਪ੍ਰੋਗਰਾਮ ਓਨਲੀ। ਮੈਂ ਉਹਨਾਂ ਨੂੰ ਬਹੁਤ ਸਮਝਾਇਆ ਕਿ ਸਰ ਡਿਪਲੋਮਾ 'ਚ ਵੀਜ਼ਾ ਨਹੀਂ ਆ ਰਿਹਾ, ਨਹੀਂ ਆ ਰਿਹਾ, ਤੁਹਾਡਾ ਔਖਾ ਹੋਏਗਾ ਕੰਮ। ਉਹਨਾਂ ਨੇ ਕਿਹਾ ਜੀ ਸਾਡਾ ਬਜਟ ਹੀ ਨਹੀਂ, ਕਿਉਂਕਿ ਆਲਮੋਸਟ 50% ਦਾ ਅਲਾਓ ਕਰਦੀ ਸਿੱਧੀ ਜੀ ਗੱਲ। ਹਾਂ, ਪਾਕਟ ਨੇ ਅਲਾਓ ਕਰਦੀ, ਤਾਂ ਆਪਾਂ ਉਹਨਾਂ ਨੂੰ ਕਿਹਾ ਓਕੇ ਇਫ ਯੂ ਆਰ ਰੈਡੀ ਟੂ ਟੇਕ ਚਾਂਸ ਵਿਲ ਗੋ ਹੈਡ ਵਿਦ ਦ ਡਿਪਲੋਮਾ ਪ੍ਰੋਗਰਾਮ। ਤਾਂ ਆਪਾਂ ਅਪਲਾਈ ਕੀਤਾ, ਬਟ ਚਲੋ ਟੱਚਵੁੱਡ, ਵਾਹਿਗੁਰੂ ਦੀ ਮਿਹਰ ਰਹੀ, ਔਰ ਉਸ ਬੱਚੇ ਦਾ ਵੀਜ਼ਾ ਆ ਗਿਆ ਜੂਨ ਕੁੜੀ ਆਸਟ੍ਰੇਲੀਆ। ਮੈਂ ਲਾਸਟ ਵੀ ਤੁਹਾਡੀ ਫੇਸਬੁੱਕ ਤੇ ਪੋਸਟ ਦੇਖ ਰਿਹਾ ਸੀ, ਕਾਫੀ ਵੀਜ਼ਾਸ ਦੀ ਤੁਸੀਂ ਪੋਸਟ ਪਾਈਆਂ ਹੋਈਆਂ ਸੀਗੀਆਂ, ਕਾਫੀ ਵੀਜ਼ਾਸ ਆਏ ਆ ਜੀ ਜੀ। ਕਿਹੜੀ ਕਿਹੜੀ ਕੰਟਰੀਜ਼ ਦੇ ਸਕਸੈਸ ਦੇਖਣ ਨੂੰ ਮਿਲੇ ਉਦੋਂ? ਸਰ ਲਾਤਵੀਆ, ਕੈਨੇਡਾ ਔਰ ਆਸਟ੍ਰੇਲੀਆ, ਮੇਨ ਆਪਾਂ ਇਹਨਾਂ ਤਿੰਨਾਂ ਕੰਟਰੀਜ਼ ਦੇ ਵੀਜ਼ਾਸ ਪਿਛਲੇ ਲਾਸਟ ਦਿਨਾਂ 'ਚ ਲਏ ਹਾਂ। ਬਾਕੀ ਹਾਲਾਂਕਿ ਚਲੋ ਇਹ ਆਪਣੇ ਡਿਸਕਸ਼ਨ ਤੋਂ ਆਊਟ ਆਫ ਦਾ ਵੇ ਜਾ ਕੇ ਹੋ ਜਾਏਗਾ, ਬਟ ਇੱਕ ਛੋਟੀ ਜਿਹੀ ਇਨਫੋਰਮੇਸ਼ਨ ਮੈਂ ਹੋਰ ਸਾਂਝੀ ਕਰਨਾ ਚਾਹਾਂਗਾ ਦਰਸ਼ਕਾਂ ਨਾਲ, ਕਿਉਂਕਿ ਸਾਊਥ ਕੋਰੀਆ ਵੀ ਉਹਨਾਂ ਆਪਾਂ ਸਟਾਰਟ ਕੀਤਾ, ਠੀਕ ਹੈ, ਔਰ ਸਾਊਥ ਕੋਰੀਆ ਦਾ ਵੀ ਸੇਮ ਕੰਸੈਪਟ ਆਪਾਂ ਚਲਾਵਾਂਗੇ, 5.5 ਬੈਂਡ ਵਾਲਾ ਜਿਹੜਾ ਬੱਚਾ ਹੈ। ਸਾਊਥ ਕੋਰੀਆ ਇਜ਼ ਆਲਸੋ ਵੈਰੀ ਵੈਰੀ ਗੁੱਡ ਡੈਸਟੀਨੇਸ਼ਨ ਫੋਰ ਦਾ ਸਟੂਡੈਂਟਸ। ਅਗਰ ਤੁਸੀਂ ਸਰਚ ਕਰੋਗੇ ਤਾਂ ਯੂ ਵਿਲ ਕਮ ਟੂ ਨੋ ਕਿ ਸਾਊਥ ਕੋਰੀਆ ਇਜ਼ ਅ ਵੈਰੀ ਗੁੱਡ ਡੈਸਟੀਨੇਸ਼ਨ ਫੋਰ ਇੰਡੀਅਨ ਸਟੂਡੈਂਟਸ। ਤਾਂ ਉਹਦੇ ਅੰਦਰ ਵੀ ਆਪਾਂ ਸੇਮ ਕੰਸੈਪਟ ਕਰਾਂਗੇ, ਸਿਰਫ ਬੱਚੇ ਨੇ ਆਪਣੇ ਡਾਕੂਮੈਂਟ ਪਟਿਆਲਾ ਹਾਊਸ ਤੋਂ ਟੈਸਟ, ਜਿਹਨੂੰ ਕਿ ਆਪਾਂ ਆਸਟ੍ਰੇਲ ਕਹਿ ਦਿੰਦੇ ਹਾਂ, ਉਹ ਕਰਾ ਕੇ ਦੇਣੇ ਆ। ਬਾਕੀ ਕੋਈ ਖਰਚਾ ਨਹੀਂ ਬੱਚੇ ਨੇ ਦੇਣਾ, ਸਾਰੇ ਪੈਸੇ ਉੱਚ ਵੀ ਵੀਜ਼ਾ ਤੋਂ ਬਾਹਰ ਲਿੱਤੇ ਜਾਣਗੇ। ਸੋ ਕੋਈ ਵੀ ਇਨਫੋਰਮੇਸ਼ਨ ਹੈ ਜੀ, ਤੁਸੀਂ ਇਹਨਾਂ ਦੇ ਨੰਬਰਾਂ 'ਤੇ ਕਾਲ ਕਰਕੇ ਵੀ ਲੈ ਸਕਦੇ ਹੋ। ਸੋ ਹੁਣ ਗੱਲ ਕਰੀਏ ਜੀ ਕੈਨੇਡਾ ਬਾਰੇ, ਸਾਡਾ ਡ੍ਰੀਮ ਡੈਸਟੀਨੇਸ਼ਨ ਪੰਜਾਬੀਆਂ ਦਾ। ਜੀ ਜੀ, ਅੱਜ ਬੜਾ ਹੀ ਰਸ਼ ਹੈ, ਬਹੁਤ ਜ਼ਿਆਦਾ SPP ਦੇ ਵਿੱਚ ਐਡਮਿਸ਼ਨ ਨਹੀਂ ਮਿਲ ਰਹੀਆਂ। ਇੱਕ ਚੀਜ਼ ਨਹੀਂ ਸਮਝ ਆਈ ਮੁਕੇਸ਼ ਭਾਈ, ਤੁਸੀਂ ਬੜੇ ਸਾਲਾਂ ਤੋਂ ਇਸ ਸਰਵਿਸਿਜ਼ ਦੇ ਵਿੱਚ ਹੈਗੇ ਹੋ ਸਟੂਡੈਂਟ ਵੀਜ਼ਾ ਦੇ, ਇੱਕ ਪਾਸੇ ਤਾਂ ਜਿਹੜੇ ਨੰਬਰਸ ਆਫ ਕੰਸਲਟੈਂਟ ਇਹ ਗੱਲ ਕਰ ਰਹੇ ਨੇ ਵੀ ਸਪਤੰਬਰ ਇਨਟੇਕ ਆਲਮੋਸਟ ਫੇਲ ਹੈ, ਸੀਟਸ ਅਵੇਲੇਬਲ ਨਹੀਂ ਹੈ, ਉਹ ਦੂਸਰੀ ਪਾਸੇ ਕੁਛ ਕੰਸਲਟੈਂਟ ਵੀਰਾਂ ਦੀ ਫੇਸਬੁੱਕ 'ਤੇ ਪੋਸਟ ਆ ਜਾਂਦੀ ਹੈ ਆਫਰ ਲੈਟਰਸ ਇਨ 3 ਡੇਜ਼। ਸੋ ਮੈਨੂੰ ਸਮਝ ਨਹੀਂ ਆਇਆ, ਇਹ ਦੋਨੋਂ ਹੀ ਕੰਟਰਡਿਕਸ਼ਨ ਹੈ ਆਪਸ ਦੇ ਵਿੱਚ। ਸੋ ਦੇਖੋ, ਕਈ ਵਾਰ ਇਹਦੇ ਹੁਣ ਹਾਲਾਂਕਿ ਪੋਸਟ ਪਾਉਣ ਵਾਲੇ ਨੂੰ ਪਤਾ ਕਿ ਵਟ ਐਗਜੈਕਟਲੀ ਦੇ ਆਰ ਡੂਇੰਗ, ਬਟ ਮੇਰੇ ਜਿਹੜੇ ਮੇਰੀ ਸਮਝ ਕੰਮ ਕਰਦੀ ਹੈ, ਮੇਰੇ ਹਿਸਾਬ ਨਾਲ ਇੱਥੇ ਸਪਾਰਟ ਵਰਕ ਕਹਿ ਸਕਦੇ ਹਾਂ, ਕਿਉਂਕਿ ਅਗਰ ਬੱਚੇ ਦਾ ਕਿਸੇ ਦਾ ਪ੍ਰੋਫਾਈਲ ਬਹੁਤ ਵਧੀਆ ਔਰ ਕਿਸੇ ਪਰਟੀਕੁਲਰ ਕਾਲਜ 'ਚ, ਕਿਉਂਕਿ ਦੇਖੋ ਇਹ ਜੱਜ ਕਰਨਾ ਬੜਾ ਔਖਾ, ਤੁਹਾਨੂੰ IT ਦੇ ਅੰਦਰ ਐਡਮਿਸ਼ਨ ਚਾਹੀਦਾ, ਸੀਟਸ ਅਕਾਊਂਟਿੰਗ 'ਚ ਪਈਆਂ, ਤਾਂ ਤੁਹਾਡੇ ਕੋਈ ਮਤਲਬ ਦੀ ਨਹੀਂ, ਠੀਕ ਹੈ। ਬਟ ਇਹ ਹੈ ਕਿ ਇੱਕ ਜ਼ਰੀਆ ਵੀ ਹੋ ਸਕਦਾ ਸਟੂਡੈਂਟ ਨੂੰ ਆਪਣੇ ਵੱਲ ਖਿੱਚਣ ਦਾ, ਅਟਰੈਕਟ ਕਰਨ ਦਾ, ਉਹਦੇ ਅੰਦਰ ਕੋਸ਼ਿਸ਼ ਕੀਤੀ ਜਾਏ ਤਾਂ 5-10% ਸਕਸੈਸ ਵੀ ਹੁੰਦਾ, ਅਦਰਵਾਈਜ਼ ਉਹੀ ਸਟੂਡੈਂਟ ਫਰਦਰ ਨੈਕਸਟ ਇਨਟੇਕ ਲਈ ਤਾਂ ਮੂਵ ਹੋਏਗਾ ਹੀ ਹੋਏਗਾ। ਤੁਹਾਡਾ ਐਕਸਪੀਰੀਅੰਸ ਕੀ ਰਹਿੰਦਾ ਪ੍ਰੈਜੈਂਟ ਸਿਨੈਰੀਓ, ਸਪਤੰਬਰ ਇਨਟੇਕ ਕੀ ਚਾਂਸਿਸ ਨੇ ਅਤੇ ਕਿਹਨਾਂ ਲਈ ਹਲੇ ਅਵੇਲੇਬਲ? ਸਰ ਦੇਖੋ, ਅਗਰ ਆਪਾਂ ਅੱਛੇ SPP ਕਾਲਜਸ ਯੂਨੀਵਰਸਿਟੀਜ਼ ਦੀ ਗੱਲ ਕਰੀਏ ਤਾਂ ਦੇ ਆਰ ਐਕਚੁਅਲੀ ਆਲਮੋਸਟ ਫੁੱਲ, ਬਿਕੋਜ਼ ਉਹਦਾ ਇੱਕ ਵੱਡਾ ਕਾਰਨ, ਲੇਕਿਨ ਉਹਦੇ ਅੰਦਰ ਸਟਿਲ ਚਾਂਸਿਸ ਆਰ ਦੇਅਰ। ਰੀਜ਼ਨ ਬੀਂਗ ਕਿ ਕੀ ਹੈ ਕਿ ਜਿਹੜੀ ਚੀਜ਼ ਦੀ ਘਾਟ ਹੁੰਦੀ ਉਹਦੇ ਪਿੱਛੇ ਦੁਨੀਆ ਜ਼ਿਆਦਾ ਭੱਜਦੀ ਹੈ, ਉਹੀ ਚੀਜ਼ ਅੱਜ ਕੈਨੇਡਾ 'ਚ ਹੋ ਰਹੀ ਹੈ। SPP ਕਾਲਜ ਵਿੱਚ ਸਟੂਡੈਂਟ ਇੱਕ ਹੈ, ਆਫਰਾਂ 5 ਅਪਲਾਈ ਹੋ ਰਹੀਆਂ, ਅਲਟੀਮੇਟਲੀ ਉਹਦੀ ਜਿਹੜੀ 4 ਆਫਰ ਲੈਟਰਸ ਹੈ, ਜਿਹੜੀ 4 ਸੀਟਸ ਉਹਨੇ ਸਿਰਫ ਬਲੌਕ ਕੀਤੀਆਂ ਹੋਈਆਂ, ਉਹ ਸੂਨਰ ਲੇਟਰ ਵਿਲ ਬੀ। ਹਾਂ, ਹੁੰਦਾ ਕੀ ਹੈ, ਉਹਨਾਂ 'ਚੋਂ ਕੋਈ ਪਹਿਲੀ ਆਫਰ ਆ ਜਾਂਦੀ ਹੈ ਤਾਂ ਉਹ 'ਤੇ ਅਪਲਾਈ ਨਹੀਂ ਕੀਤਾ ਜਾਂਦਾ, ਵੇਟ ਕਰਦਾ ਨਾ ਜਦੋਂ ਤੱਕ ਡੈਡਲਾਈਨ ਨਹੀਂ ਆਉਂਦੀ ਪੇਮੈਂਟ ਦੀ, ਬਾਏ ਡਿਫਾਲਟ ਆਫਰ ਲੈਟਰ ਕੈਂਸਲ ਨਹੀਂ ਹੁੰਦੀ। ਉਹ ਦੇਖਦਾ ਕਿ ਯਾਰ ਮੈਂ ਲੈਮਟਨ ਤੋਂ ਵੀ ਮੰਗਾਈ ਸੀਗੀ, ਮੈਂ ਸ਼ੈਰਡਨ ਤੋਂ ਵੀ ਮੰਗਾਈ ਸੀਗੀ, ਮੈਂ ਐਲਗਨ ਕੁਇਨ ਤੋਂ ਵੀ ਮੰਗਾਈ ਸੀਗੀ, ਠੀਕ ਹੈ ਨਾ, ਮੈਂ ਸੈਲਕ੍ਰਿਕ ਤੋਂ ਵੀ ਮੰਗਾਈ ਸੀਗੀ, ਤਾਂ ਉਹ ਹੰਬਰ ਤੋਂ ਵੀ ਮੰਗਾਈ ਸੀ, ਜਿੱਥੋਂ ਆ ਗਈ ਉੱਥੇ ਉਹਨੇ ਅਪਲਾਈ, ਜਿਹੜਾ ਉਹਦਾ ਮੇਨ ਡ੍ਰੀਮ ਡੈਸਟੀਨੇਸ਼ਨ ਸੀ, ਕਾਲਜ ਸੀ, ਬ੍ਰਮਟਨ ਜਾਣਾ, BC ਜਾਣਾ, ਵੈਂਕੂਵਰ ਜਾਣਾ, ਜਿੱਥੇ ਵੀ ਮਿਲ ਗਏ, ਠੀਕ ਹੈ, ਬਾਕੀ ਉਹ ਖਾਲੀ ਛੱਡ ਦੇਗਾ। ਲੇਕਿਨ ਉਹਦੇ ਨਾਲ ਹੋ ਕੀ ਰਿਹਾ, ਉਹ ਜਿਹੜੇ ਬੱਚੇ ਨੇ ਦੂਸਰੇ ਸਟੇਟ 'ਚ ਜਾਣਾ ਸੀਗਾ, ਜਿੱਥੇ ਜਾਣਾ ਸੀ, ਉਹਨੂੰ ਸੀਟ ਦੀ ਅਵੇਲੇਬਿਲਿਟੀ ਨਹੀਂ ਹੈ, ਕਿਉਂਕਿ ਉਹ ਮਲ ਕੇ ਬੈਠਾ, ਉਹਨੇ ਬਲੌਕ ਕੀਤੀ ਹੋਈ ਹੈ, ਉਹ ਜਦੋਂ ਤੱਕ ਛੱਡੇਗਾ ਪਤਾ ਨਹੀਂ ਉਹ ਸਟੂਡੈਂਟ ਕਿਤੇ ਹੋਰ ਕੰਪਰੋਮਾਈਜ਼ ਕਰ ਲਏਗਾ। ਅੱਜ ਜਿਹੜੇ ਮੈਂ ਕੈਨੇਡਾ ਦੀ ਗੱਲ ਕਰ ਰਿਹਾ, ਤੁਸੀਂ ਕਿਹਾ ਵੀ ਅਸੀਂ ਕੈਨੇਡਾ ਦੇ ਪੈਸੇ ਕੋਈ ਪਹਿਲੇ ਨਹੀਂ ਲੈਣੇ ਜੀ, ਬਿਲਕੁਲ। ਇਹਦੇ 'ਚ SPP ਜਾਂ ਨੋਨ SPP ਕਿਹੜੇ ਬੱਚੇ? ਦੇਖੋ ਉਹ ਅਗੇਨ ਡਿਪੈਂਡ ਕਰਦਾ, ਕਿਉਂਕਿ ਮੈਨੂੰ ਵੀ ਪਤਾ
ਸਾਡੇ ਕੋਲ ਮੈਕਸੀਮਮ ਜਿਹੜੇ ਪ੍ਰੋਫਾਈਲ ਆਉਣਗੇ ਇੱਦਾਂ ਦੇ ਆਉਣਗੇ ਜਿੱਦਾਂ ਕਿ ਮੈਂ ਆਲਰੇਡੀ ਅਨਾਊਂਸ ਕਰ ਚੁੱਕਿਆ ਕਿ ਵੀ ਮੇਰੇ ਕੋਲ ਅਗਰ ਤੁਹਾਡਾ 4-5-7 ਸਾਲ ਦਾ ਗੈਪ ਹੈ, 6 ਬੈਂਡ ਹੈ, ਲੋ ਪ੍ਰੋਫਾਈਲ ਹੈ, ਗੈਪ ਤੋਂ ਇਲਾਵਾ ਪਰਸੈਂਟੇਜ ਘੱਟ ਹੈ, ਜਾਂ 5.5 ਬੈਂਡ ਹੈ, 2-3 ਸਾਲ ਦਾ ਗੈਪ ਹੈ, ਅਤੇ ਐਸੇ ਸਟੂਡੈਂਟ ਨੂੰ SPP ਕਾਲਜ ਆਫਰ ਐਲੀਜੀਬਿਲਟੀ ਹੀ ਨਹੀਂ ਬਣਦੀ, ਠੀਕ ਹੈ। ਬਟ ਆਪਾਂ ਐਸੇ ਕਾਲਜ ਦੇ ਵਿੱਚ ਆਫਰ ਲੈਟਰ ਲੈ ਕੇ ਦਿਆਂਗੇ ਜਿਹਦੇ ਲਈ ਉਹਨੂੰ ਫਰਦਰ ਵਰਕ ਪਰਮਿਟ ਔਰ PR 'ਚ ਐਟਲੀਸਟ ਦਿੱਕਤ ਨਾ ਆਵੇ, ਜਿਹੜਾ ਮੇਨ ਸਿਨੈਰੀਓ। ਬਾਕੀ ਤਾਂ ਕੈਟਾਗਰੀ ਹੈ, ਕੈਟਾਗਰੀ ਚੇਂਜ। ਹਾਂ, ਜੋ ਸਟੂਡੈਂਟ ਵਧੀਆ, ਸਪੋਜ਼ ਵਿਦਆਊਟ ਗੈਪ, ਗੁੱਡ ਪਰਸੈਂਟੇਜ, IELTS ਸਕੋਰ ਅੱਛਾ ਹੈ ਬੱਚੇ ਦਾ, ਐਂਡ ਦੇ ਆਰ ਐਲੀਜੀਬਲ ਟੂ ਗੈਟ ਆਫਰ ਲੈਟਰ ਇਨ SPP ਪ੍ਰੋਗਰਾਮ, ਤਾਂ ਡੈਫੀਨੇਟਲੀ ਉਹਨੂੰ ਆਪਾਂ ਉੱਥੇ ਹੀ ਦਵਾਵਾਂਗੇ। ਬਟ ਇੱਕ ਬੱਚਾ ਐਲੀਜੀਬਿਲਟੀ ਕ੍ਰਾਈਟੀਰੀਆ ਨਹੀਂ ਮੀਟ ਕਰਦਾ, ਮੈਂ ਉਹਨੂੰ ਕਿੱਦਾਂ ਦਵਾ ਸਕਦਾ? ਜਿਹੜੇ ਨੋਨ SPP ਹੈ, ਕਿਹੜੇ ਕਿਹੜੇ ਬੱਚਿਆਂ ਨੂੰ ਚਾਹੁੰਦੇ ਹੋ ਵੀ ਨੋਨ SPP 'ਚ ਅਪਲਾਈ ਕਰਨਾ ਚਾਹੀਦਾ? ਸਰ, ਉਹੀ ਗੱਲ ਮੈਂ ਹੁਣੇ ਕਰਕੇ ਹਟਿਆ ਕਿ ਹੁਣ ਇੱਕ ਬੱਚੇ ਦੇ ਨੰਬਰ ਹੀ 50% ਆ, ਉਹ ਕਿੱਥੋਂ ਦੀ ਸੋਚ ਰਿਹਾ ਕਿ ਮੈਂ SPP ਕਾਲਜ ਮੈਨੂੰ ਐਡਮਿਸ਼ਨ ਦੇਗਾ, ਔਰ ਦੇ ਵੀ ਇੱਕ ਦੇਗਾ ਤਾਂ ਵੀਜ਼ਾ ਕਿੱਦਾਂ ਲਵਾਂਗੇ ਉਹਦਾ ਮੈਂ? ਜਦੋਂ ਤੁਸੀਂ ਇੱਕ ਕ੍ਰਾਈਟੀਰੀਆ ਹੀ ਨਹੀਂ ਮੀਟ ਕਰਦੇ, ਇੱਕ ਐਲੀਜੀਬਿਲਟੀ ਕ੍ਰਾਈਟੀਰੀਆ ਮੈਚ ਨਹੀਂ ਕਰਦੇ, ਆਪਾਂ ਉਸ ਸਟੂਡੈਂਟ ਨੂੰ ਅਫਕੋਰਸ ਨੋਨ SPP ਸਕੂਲਸ ਕਾਲਜਿਸ ਦੇ ਅੰਦਰ ਆਪਾਂ ਅਪਲਾਈ ਕਰਾਂਗੇ ਜਨਰਲ ਕੈਟਾਗਰੀ ਦੇ ਅੰਦਰ। ਔਰ ਚਲੋ ਵੀਜ਼ਾ ਆਉਣਾ ਨਹੀਂ ਆਉਣਾ, ਇਟਸ ਲੱਕ ਫੈਕਟਰ ਆਫ ਵਿਸ਼ਵਾਸ ਇੰਟਰਨੈਸ਼ਨਲ ਔਰ ਸਟੂਡੈਂਟਸ ਐਜ਼ ਵੈਲ, ਬਟ ਸਟੂਡੈਂਟ ਨੇ ਦਿੱਤਾ ਕੀ? ਨਥਿੰਗ ਅਪਾਰਟ ਫਰੋਮ ਦੇਅਰ ਮੈਡੀਕਲ ਚਾਰਜਸ। ਜਿਹੜੇ ਬੱਚੇ, ਮੈਂ ਤਾਂ ਕਿਹਾ ਵੀ ਕਿਹਨਾਂ ਨੂੰ ਅਪਲਾਈ ਕਰਨਾ ਚਾਹੀਦਾ, SPP 'ਚ ਆਫਰਸ ਨਹੀਂ ਆ ਰਹੀਆਂ, ਕੰਸਲਟੈਂਟ ਨੇ ਕਿਹਾ ਤਾਂ 55% ਨਾਲ ਅਪਲਾਈ ਕੀਤੀ ਹੋਈ ਹੈ ਬਟ ਵੇਟ ਕਰ ਰਿਹਾ ਮਹੀਨੇ ਤੋਂ, ਡੇਢ ਮਹੀਨੇ ਤੋਂ, ਦੋ ਮਹੀਨੇ ਤੋਂ, ਕੀ ਉਹਨੂੰ ਨੋਨ SPP ਵੱਲ ਜਾਣਾ ਚਾਹੀਦਾ ਜਾਂ ਵੇਟ ਕਰਨਾ ਚਾਹੀਦਾ? ਵਾਈ ਨੋਟ, ਵਾਈ ਨੋਟ, ਵਟ ਇਜ਼ ਦਾ ਡਿਫਰੈਂਸ? ਕੋਈ ਦਿੱਕਤ ਥੋੜ੍ਹੀ? ਈਵਨ ਨੋਨ SPP ਦੇ ਅੰਦਰ ਉਸ ਬੱਚੇ ਦੇ ਵੀਜ਼ਾ ਦੇ ਚਾਂਸਿਸ ਫਿਰ ਵੱਧ ਹੈ, ਕਿਉਂਕਿ 55% ਵਾਲੇ ਨੂੰ ਤੁਸੀਂ ਮੈਰਿਟ ਬੇਸ 'ਤੇ SPP ਦੇ ਲਿਸਟ ਵਿੱਚ ਖੜਾ ਕਰੋਗੇ, ਵੀਜ਼ਾ ਆਫਿਸਰ ਵੀ ਸ਼ਾਇਦ ਉਹਨੂੰ ਐਕਸੈਪਟ ਨਹੀਂ ਕਰੇਗਾ। ਜਦਕਿ ਇਹੀ ਅਗਰ ਉਹਨੂੰ ਨੋਨ SPP ਕੈਟਾਗਰੀ ਦੇ ਅੰਦਰ ਐਟਲੀਸਟ ਉਹ ਕ੍ਰਾਈਟੀਰੀਆ ਤਾਂ ਮੀਟ ਕਰ ਰਿਹਾ, ਵੀਜ਼ਾ ਦੇ ਚਾਂਸਿਸ ਤਾਂ ਹੈ, ਇਹ ਉਮੀਦ ਤਾਂ ਹੈ ਕਿ ਕੈਨੇਡਾ ਜਾਏਗਾ। ਤੁਹਾਡਾ ਐਕਸਪੀਰੀਅੰਸ ਕੀ ਹੈ ਜਦੋਂ ਬੱਚਾ ਵੀਜ਼ਾ ਲੈ ਲੈਂਦਾ, ਕੈਨੇਡਾ ਪਹੁੰਚ ਜਾਂਦਾ, ਕੀ ਮੈਟਰ ਕਰਦਾ ਵੀ ਬੱਚਾ SPP ਕਾਲਜ 'ਚ ਆਇਆ ਕਿ ਨੋਨ SPP 'ਚ ਆਇਆ? ਨਹੀਂ ਸਰ, ਅਗਰ DLI ਨੰਬਰ ਹੈ ਕਾਲਜ ਦਾ ਤਾਂ ਰੂਲਸ ਰੈਗੂਲੇਸ਼ਨਸ ਆਰ ਸੇਮ ਫੋਰ ਕਾਲਜ, ਰਾਈਟ ਸੇਮ ਆ, ਤਾਂ ਕੋਈ ਇਸ਼ੂ ਨਹੀਂ ਹੈ। ਆਈ ਡੋਂਟ ਥਿੰਕ, ਇਹ ਤਾਂ ਬੇਸਿਕਲੀ ਮੈਂ ਅੱਗੇ ਵੀ ਐਗਜ਼ਾਮਪਲ ਦਿੱਤਾ, ਕਈ ਵਾਰੀ ਹੁੰਦਾ ਕੀ ਹੈ ਕਿ ਤੁਸੀਂ ਕਿਸੇ ਇੱਕ ਪਰਟੀਕੁਲਰ XYZ ਕਾਲਜ SPP ਕਾਲਜ 'ਚ ਵੀਜ਼ਾ ਅਪਲਾਈ ਕੀਤਾ, ਵੀਜ਼ਾ ਰਿਫਿਊਜ਼ ਹੋ ਗਿਆ, ਬਹੁਤ ਸਾਰੇ ਬੱਚਿਆਂ ਦਾ ਹੁੰਦਾ, ਪ੍ਰੋਫਾਈਲ ਵਾਜ਼ ਗੁੱਡ ਬਟ ਵੀਜ਼ਾ ਗੋਟ ਰਿਫਿਊਜ਼ ਬਾਏ ਦਾ ਐਮਬੈਸੀ ਔਰ ਇਮੀਗ੍ਰੇਸ਼ਨ ਹਾਈ ਕਮਿਸ਼ਨ ਆਫ ਕੈਨੇਡਾ। ਤਾਂ ਉਸ ਤੋਂ ਬਾਅਦ ਉਹ ਸੇਮ ਬੱਚਾ ਸੇਮ ਪ੍ਰੋਗਰਾਮ ਦੇ ਅੰਦਰ ਸੇਮ ਕਾਲਜ ਦੇ ਅੰਦਰ ਸੇਮ ਆਫਰ ਲੈਟਰ ਸੇਮ LOA ਦੇ ਨਾਲ ਦੁਬਾਰਾ ਵੀਜ਼ਾ ਅਪਲਾਈ ਕਰਦਾ, ਵੀਜ਼ਾ ਲੱਗ ਜਾਂਦਾ, ਬਟ ਕੈਟਾਗਰੀ ਨੋਨ SPP ਸੀ, ਦੈਨ ਵਟ ਇਜ਼ ਦਾ ਡਿਫਰੈਂਸ? ਤਾਂ ਉਹ ਬੇਸਿਕਲੀ ਲੋਕਾਂ ਦਾ ਮਾਇੰਡ ਸੈੱਟ ਹੈ ਕਿ ਕਾਲਜ SPP ਹੈ। ਸਰ, ਕੁਛ ਕਾਲਜ ਹੈ ਜਿਨ੍ਹਾਂ ਨੂੰ SPP ਦੀ ਕੈਟਾਗਰੀ ਦੇ ਅੰਦਰ ਫੈਸਿਲਿਟੀ ਦਿੱਤੀ ਗਈ ਹੈ ਕਿ ਤੁਸੀਂ ਇਸ ਬੱਚੇ ਨੂੰ SPP ਨਾਲ ਲੈ ਸਕਦੇ ਹੋ, ਅਦਰਵਾਈਜ਼ ਹੋਰ ਕੋਈ ਫਰਕ ਨਹੀਂ ਹੈ। ਹੁਣ ਤੁਸੀਂ ਬੜੀ ਸੋਹਣੀ ਗੱਲ ਕੀਤੀ ਹੈ, ਇਹ ਚੀਜ਼ ਦੇਖੋ, ਜਿਹੜੇ SPP ਵੀ ਜਾ ਰਹੇ ਆ ਬੱਚੇ, ਉਹ ਸੇਮ ਪ੍ਰੋਫਾਈਲਸ ਨੂੰ ਰਿਜੈਕਟ ਕਰਕੇ ਨੋਨ SPP ਜਾਂ ਯੂਨੀਵਰਸਿਟੀ ਕੈਟਾਗਰੀ 'ਚ ਵੀਜ਼ਾ ਮਿਲਦਾ, ਬਟ ਪ੍ਰੋਫਾਈਲ ਤਾਂ ਉਹੀ ਹੈ, ਪ੍ਰੋਫਾਈਲ ਤਾਂ ਕੋਈ ਪ੍ਰੋਫਾਈਲ ਉਹੀ ਹੈ, ਔਰ ਫਿਰ ਕਾਲਜ ਉਹੀ ਹੈ, ਆਫਰ ਲੈਟਰ ਉਹੀ ਹੈ। ਕਈ ਵਾਰੀ ਇਹ ਹੁੰਦਾ ਪਹਿਲੀ ਵਾਰੀ ਰਿਜੈਕਟ ਹੁੰਦਾ, ਦੁਬਾਰਾ ਨੋਨ SPP ਸੇਮ ਕਾਲਜ ਸੇਮ ਪ੍ਰੋਫਾਈਲ। ਉਹੀ ਮੈਂ ਗੱਲ ਕਹਿ ਕੇ ਹਟਿਆ ਨਾ ਜੀ, ਤਾਂ ਫਿਰ ਉਹਨੂੰ ਰਾਈਟਸ ਨਹੀਂ ਮਿਲਣਗੇ? ਦੱਸੋ, ਹੁਣ ਮੈਂ ਤੁਹਾਡੇ ਤੱਕ ਗੱਲ ਕਰਨਾ ਚਾਹੁੰਦਾ, ਜਿਹੜੇ ਰਿਫਿਊਜ਼ਡ ਕੇਸਿਸ ਨੇ, ਹੁਣ ਗੱਲ ਹੋਈ ਹੈ, ਜਿਹੜੇ 2 ਵਾਰੀ ਜਾਂ 3 ਵਾਰ ਰਿਫਿਊਜ਼ ਹੋ ਗਏ, ਕੀ ਚਾਂਸਿਸ ਨੇ ਇਹਦਾ, ਆਹ ਜਿਹੜੀ ਸਰਵਿਸਿਜ਼ ਨੇ ਉਹਨਾਂ ਲਈ ਰਹਿਣਗੀਆਂ? ਸਰ ਦੇਖੋ, ਜਿਹੜੇ ਰਿਫਿਊਜ਼ਡ ਕੇਸਿਸ ਨੇ, ਆਹ ਸਰਵਿਸ 100% ਉਹਨਾਂ 'ਤੇ ਐਪਲੀਕੇਬਲ ਨਹੀਂ ਹੋਣਗੀਆਂ। ਬਟ ਹਾਂ, ਅਗੇਨ ਡਿਪੈਂਡ ਅਪੋਨ ਪ੍ਰੋਫਾਈਲ ਟੂ ਪ੍ਰੋਫਾਈਲ, ਮੇਰੇ ਕੋਲ ਬਹੁਤ ਸਾਰੇ ਕੇਸਿਸ ਆਉਂਦੇ ਹੈ, 70-80% ਨੰਬਰ ਹੈ, ਹੁਣ ਡਿਊ ਟੂ ਵਟ ਰੀਜ਼ਨ ਆਏ ਕਾਂਟ ਸੇ ਕਿਉਂ ਬੱਚਾ ਉਹ ਰਿਫਿਊਜ਼ ਹੁੰਦਾ, 6.5 ਬੈਂਡ ਹੈ, 4-4-5-5 ਵਾਰ ਲੋਕਾਂ ਨੇ ਰਿਫਿਊਜ਼ ਕਰਾਏ ਹੋਏ ਆ, ਉਹਦਾ ਕੀ ਕਾਰਨ? ਇਹ ਵਰਡ ਤੁਸੀਂ ਬੜਾ ਵਧੀਆ ਯੂਜ਼ ਕੀਤਾ, ਮੰਨਦੇ ਹੋ ਵੀ ਚੁਆਇਸ ਆਫ ਕੰਸਲਟੈਂਟ ਮੈਟਰਸ? ਰੀਜ਼ਨ ਸਰ, ਰੀਜ਼ਨ, ਜਦੋਂ ਬੱਚੇ ਦਾ ਪ੍ਰੋਫਾਈਲ ਸੁਪਰ ਹੈ, ਇੱਕ ਪਾਸੇ ਅਸੀਂ ਐਸੇ ਬੱਚੇ ਨੂੰ ਐਕਸੈਪਟ ਕਰ ਰਹੇ ਹਾਂ ਕਿ ਯਾਰ ਤੇਰਾ ਗੈਪ ਹੈ, ਲੈ ਆ ਤੇਰੇ ਪੈਸੇ ਮੈਂ ਲਗਾਵਾਂਗਾ, ਮੈਂ ਵੀਜ਼ਾ ਲੈ ਕੇ ਦਿਆਂਗਾ, ਨਹੀਂ ਤਾਂ ਨੁਕਸਾਨ ਮੇਰਾ। ਦੂਸਰੇ ਪਾਸੇ 80% ਵਾਲਾ ਬੱਚਾ 7 ਬੈਂਡ IELTS ਸਕੋਰ ਹੈ, ਰੀਸੈਂਟ ਪਾਸ ਆਊਟ, ਔਰ ਰਿਜੈਕਸ਼ਨ ਕਰਾਈ ਜਾ ਰਹੀ ਹੈ। ਇਹਦਾ ਮਤਲਬ ਕੀ ਹੈ ਕਿ ਕੰਸਲਟੈਂਟ ਨੂੰ ਆਪਣੇ 10-20 ਹਜ਼ਾਰ ਮਿਲ ਗਏ? ਨਹੀਂ, ਪਰ ਇੱਕ ਚੀਜ਼ ਹੈ ਨਾ, ਉਹ ਜੇ ਦੇਖੋ ਵੀਜ਼ਾ ਲਵਾ ਲੈਂਦਾ, ਉਹਨੂੰ ਕਮਿਸ਼ਨ ਵੱਧ ਆਉਂਦੀ, ਵੀਜ਼ੇ ਵੱਲ ਕਿਉਂ ਨਹੀਂ ਤੁਰਦਾ ਕਿ ਬੁਲਾਉਣਾ ਨਹੀਂ ਆਉਂਦਾ? ਨਹੀਂ ਸਰ, ਹੁਣ ਇਹ ਹਰ ਆਦਮੀ ਦਾ ਆਪਣਾ ਆਪਣਾ ਸੋਚ ਹੈ ਕਿ ਕੋਲ ਇੰਨਾ ਵੈਲਿਊ, ਅਗਰ ਜੇ 10-20 ਹਜ਼ਾਰ ਰੁਪਏ ਕੰਸਲਟੈਂਸੀ ਮਿਲ ਰਹੀ ਹੈ, ਹੋ ਸਕਦਾ ਤੁਸੀਂ ਇਨਵੋਲਵ ਨਹੀਂ ਹੋ ਸਕਦਾ ਆਪਣੀ ਟੀਮ ਨੂੰ ਗਾਈਡਲਾਈਨ ਨਹੀਂ ਦੇ ਰਹੇ, ਹੋ ਸਕਦਾ ਤੁਹਾਡਾ ਟਰਾਈ ਕੀਤਾ ਜਾ ਰਿਹਾ, ਲੱਗ ਗਿਆ ਠੀਕ ਹੈ, ਨਹੀਂ ਲੱਗਿਆ ਤਾਂ ਜੋ ਮਿਲ ਗਿਆ ਉਹ ਡਿਪੈਂਡ ਕਰਦਾ ਨਾ।
ਦੇਖੋ ਜੀ, ਬਹੁਤ ਚੰਗੀਆਂ ਪ੍ਰੋਫਾਈਲਸ ਵੀ ਨੇ, ਬਿਲਕੁਲ ਠੀਕ ਗੱਲ ਕਹੀ ਮੁਕੇਸ਼ ਜੀ ਨੇ, ਜਿਹੜੇ ਬਹੁਤ ਚੰਗੇ ਪ੍ਰੋਫਾਈਲਸ ਹੋਣ ਦੇ ਕਾਰਨ ਉਹ ਅਪਲਾਈ ਤਾਂ ਕਰ ਲੈਂਦੇ ਆ, ਬਟ ਚੰਗੇ ਕੰਸਲਟੈਂਟ ਨਾ ਹੋ ਕਾਰਨ ਰਿਜੈਕਟ ਹੋ ਜਾਂਦੇ ਆ। ਅੱਜ ਉਹ ਚੀਜ਼ ਤੁਹਾਡੇ ਨਾਲ ਨਾ ਵਾਪਰੇ, ਜੇ ਵਾਪਰ ਚੁੱਕੇ ਤਾਂ ਵੀ ਵਿਸ਼ਵਾਸ ਇੰਟਰਨੈਸ਼ਨਲ ਦੀ ਟੀਮ ਇਸ ਸਰਵਿਸਿਜ਼ ਤੋਂ ਹੀ ਵੀ ਪੈਸਾ ਤੁਹਾਡੇ ਤੋਂ ਪਹਿਲਾਂ ਨਹੀਂ ਲਿਆ ਜਾਏਗਾ ਦੇ ਨਾਲ ਅੱਜ ਵੀ ਖੜੀ ਹੈ। ਤੁਸੀਂ ਉਹਨਾਂ ਦੇ ਨੰਬਰ 'ਤੇ ਕਾਲ ਕਰਕੇ ਕਿਸੇ ਵੀ ਸਰਵਿਸ ਬਾਰੇ ਜਾਣਕਾਰੀ ਜਿਹੜੀ ਉਹ ਲੈ ਸਕਦੇ ਹੋ। ਸਟੂਡੀਓ ਦੀ ਘੜੀਆਂ ਨਹੀਂ ਅਲਾਓ ਕਰ ਰਹੀਆਂ ਸ਼ੋਅ ਅੱਗੇ ਵਧਾਉਣ ਦੇ ਲਈ, ਬਟ ਉਮੀਦ ਕਰਦੇ ਹਾਂ ਅੱਜ ਦੇ ਸ਼ੋਅ ਦੇ ਵਿੱਚ ਜਿਹੜੀ ਆਸਟ੍ਰੇਲੀਆ ਨੂੰ ਲੈ ਕੇ ਜਾਂ ਕੈਨੇਡਾ ਨੂੰ ਲੈ ਕੇ ਗੱਲਬਾਤ ਹੋਈ ਜਾਂ ਸਰਵਿਸਿਜ਼ ਬਾਰੇ ਗੱਲ ਹੋਈ ਹੈ ਉਹਦਾ ਲਾਹਾ ਤੁਸੀਂ ਜ਼ਰੂਰ ਲਾਓਗੇ। ਮੁਕੇਸ਼ ਜੀ, ਸ਼ੋਅ ਦੇ ਵਿੱਚ ਆਉਣ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ, ਧੰਨਵਾਦ ਸਾਰੇ ਦਰਸ਼ਕਾਂ ਦਾ, ਟੈਕਨੀਕਲ ਟੀਮ ਦਾ। ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ ਜੀ, ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।